ਚਾਪੀਆਂ ਦੇ ਦਿਲ ਡੋਲਦੇ ਆਏ ਦੇਖ ਜਨਾ ਲੱਗ ਗਿਆ ਬਾਈ ਚਾਂਦ ਬਣਾ ਚ ਉਹ ਬਾਈ ਤਾੜੀ ਆਉਣ ਤੋਂ ਡਰ ਇੱਧਰ ਆ ਇੱਧਰ ਆ ਚਾਂਦ ਬਣਾ ਸਾਹਮਣੇ ਸ਼ੇਰ ਲਗਾਈ ਇੱਧਰ ਆ ਚਾਂਦ ਬਣਾ ਕੇ ਇੱਧਰ ਆ ਜਰਾ ਪੋਤਾ ਆ ਬਾਈ ਜਿਹੜੇ ਰੁਪਈਏ ਖਰਚੇ ਡਏ ਆ ਆ ਕੱਲ ਦੇ ਜਿਨ੍ਹਾਂ ਦੇ ਹੱਥ ਨਹੀਂ ਟੱਕੇ ਹੁਣ ਦਾ ਪੁਆਇੰਟ ਕੈਸਲ ਮੁਗਲ ਦਾ ਈਗਲ ਆਫ ਕਬੱਡੀ ਸਭ ਤੋਂ ਵੱਡ ਖਾਣਾ ਜਾਫੀ ਸੈੱਟ ਵਿੱਚ ਇਸ ਵੇਲੇ ਆ ਦੇਖ ਮਾਰਿਆ ਟੱਚ ਔਰ ਖਾਲੇ ਬੱਦਲ ਨੇ ਦੱਸ ਸਕੇ ਲੈਨੋ ਬਾਹਰ ਹੋ ਗਿਆ ਜੀ ਪੁਆਇੰਟ ਹੋ ਗਿਆ ਜੀ ਇਹ ਰੇਡਰ ਦੇ ਖਾਤੇ ਰਾਸ਼ਦ ਜੱਟ ਨੇ ਲਾਲਾ ਸਗੀਰ ਕਮੋ ਤਜਮਲ ਬਾਜਵਾ ਮੈਮੋਰੀਅਲ ਕਬੱਡੀ ਕਲੱਬ ਦੇ ਖਾਤੇ ਪੁਆਇੰਟ ਦਾ ਪਤਾ ਕੀਤਾ ਜ਼ਹੀਰ ਸਾਂਪਲ ਅਗਲੀ ਰੇਡ ਤੇ ਧਰਤੀ ਮਾਂ ਨੂੰ ਹੱਥ ਲਾ ਕੇ ਮਨ ਵਿੱਚ ਰੱਬ ਨੂੰ ਧਿਆ ਕੇ ਅੱਲਾ ਤੋਬਾ ਕਰਕੇ ਮੁੰਡੇ ਨੇ ਛੋਲੇ ਛੋਲੇ ਪੱਪ ਧਰਤੇ ਮੈਦਾਨ ਦੇ ਵਿੱਚ ਅਸੀਂ ਕਬਰੂ ਤਰਤ ਪੰਜਾਬ ਤੇ ਅਸੀਂ ਅੱਗੇ ਲਾਈਏ ਭੇਡਾਂ ਅਸੀਂ ਵੱਧ ਵੱਧ ਜੱਫੇ ਲਾਉਂਦੇ ਹਾਂ ਅਸੀਂ ਚੜ ਚੜ ਪਾਈਏ ਰੇਡਾਂ ਅਸੀਂ ਭੰਗੜੇ ਢੋਲ ਤੇ ਪਾਉਂਦੇ ਹਾਂ ਸਾਡੀ ਜੱਗੋ ਵੱਖਰੀ ਸ਼ਾਨ ਸਾਡੀ ਕੌਡੀ ਦਿਆਲੀ ਚੱਸ ਕਿਧਰੇ ਉਂਝ ਪਾਰਸ ਲੱਖਾਂ ਖੇਡਾਂ ਦੇਖ ਜਰਾ ਇੱਥੇ ਜ਼ਹੀਰ ਸਾਹਿਬ ਪਤਾ ਲੱਗਣਾ ਦੇਖ ਜਰਾ ਬਾਈਏ ਆ ਦੇਖ ਪਾਗਲ ਭਰੀ ਧੌਣ ਤੇ ਹੱਥ ਰੱਖਿਆ ਪਰ ਇੱਥੇ ਦੇਖ ਖਾਲਦ ਭਲਵਾਨ ਬਿਜਬਾ ਵਾਲਾ ਉਹਦੇ ਵਰਗੇ ਸਟਾਫਰਾ ਵੀ ਜਿਹੜੇ ਪੁੱਠਾ ਗੁੱਟ ਫੜ ਕੇ ਕਬੱਡੀ ਪਾਉਣ ਵਾਸਤੇ ਆ ਗਿਆ ਮੁੰਡਾ ਆ ਗਿਆ ਛਾਨੇ ਸਿਆਲ ਦਾ ਵੀਰ 232 ਵਾਲਾ ਚੱਲ ਵੀ 232 ਵਾਲਿਆ ਛਾਨਾ ਸਿਆਲ ਯਾਰਾਂ ਦਾ ਯਾਰ ਗੌਰੀ ਮਜ਼ੈਲ ਉਹਦਾ ਨਿੱਕਾ ਵੀਰ ਆ ਖਾਵਰ ਸਿਆਲ ਇੱਕ ਇੱਕ ਪੱਟ ਤੇਰਾ ਸਵਾ ਸਵਾ ਬਣਦਾ ਅੱਖਾਂ ਵਿੱਚ ਅੱਖਾਂ ਪਾ ਕੇ ਹਿੱਕ ਜਦੋਂ ਤਾਂਦਾ ਜਿਹੜਾ ਤੈਨੂੰ ਵੇਖੇ ਉਹ ਕੰਨੀ ਪਿਆ ਭੰਨਦਾ ਚਾਂਦ ਬੜਾਜ ਲਗਾਈ ਕਰੀ ਵਾਲੇ ਵਾਲਾ ਆ ਚਾਂਦ ਬੜਾਜ ਕਰੀ ਵਾਲਾ ਕਰੀ ਵਾਲਾ ਕਰੀ ਵਾਲਾ ਕਰੀ ਵਾਲਾ ਕਰੀ ਵਾਲਾ ਸ਼ਾਹਕੋਟ ਤੋਂ 3 ਕਿਲੋਮੀਟਰ ਦੇ ਪਿੰਡ ਕਰੀ ਵਾਲਾ ਚੰਦੂ ਇੱਧਰ ਆ ਪੁੱਤਰਾ ਇੱਧਰ ਆ ਮੈਨੂੰ ਬਗਲਾਂ ਕਾਹਦੀ ਦਿਖਾਈ ਜਾਣਾ ਮੈਂ ਤਾਂ ਕੁਛ ਲੈ ਕੇ ਦੇਣਾ ਇੱਧਰ ਆ ਇੱਧਰ ਆ ਰਾਣੇ ਬੂਟੇ ਕਾਦਰੀ ਕੋ ਆ ਸਾਡੇ ਲਾਜਪਾਲ ਪ੍ਰਧਾਨ ਕੋ ਆ ਜਰਾ ਮਾਇਆ ਦੇ ਗੱਫੇ ਅਗਲੀ ਕਬੱਡੀ ਕਿਹੜੇ ਮੁੰਡੇ ਨੇ ਪਾਉਣੀ ਆ ਅਗਲੀ ਕਬੱਡੀ ਪਾਉਣ ਵਾਸਤੇ ਆ ਗਿਆ ਮੁੰਡਾ 141 ਸਦਰ ਵਾਲਾ ਯਾਸਰ ਚੀਮੇ ਦਾ ਮੁੰਡਾ ਸ਼ਗਿਰਦਾ ਆ ਗਿਆ ਕਾਸ਼ੀ ਵੱਟੂ ਚੱਲ ਵੀ ਵੱਟੂ 141 ਸਦਰ ਵਾਲੇ ਦੀ ਧਰਤੀ ਦਾ ਪ੍ਰਧਾਨ ਪੁੱਤ ਆਸਮ ਰਾਜਾ ਵੀ ਖੜਾ ਲੱਗ ਗਿਆ ਜੀ ਮੁੰਡਾ ਆਜ਼ਮ ਤੰਬੋ ਲੇਕਿਨ ਨੰਬਰ ਹੋ ਗਿਆ ਜੀ ਨੰਬਰ ਹੋ ਗਿਆ ਕਾਸ਼ੀ ਵੱਟੂ ਦਾ ਕਬੱਡੀ ਪਾਉਣ ਵਾਸਤੇ ਰਾਸ਼ਦ ਜੱਟ ਕੜੇ ਮੋੜ ਵਾਲਾ ਰਾਸ਼ਦ ਜੱਟ ਕੜੇ ਮੋੜ ਵਾਲਾ ਜੀ ਇਸ ਸਾਲ ਕੈਨੇਡਾ ਵੀ ਸੀਜ਼ਨ ਇਹ ਖੇਡਣ ਜਾ ਰਿਹਾ ਹਾਂਜੀ ਖੁਰਸ਼ੀਦ ਆਲਮ ਸੰਧੂ ਸਾਹਿਬ ਨੇ ਇਹਨੂੰ ਸਪੌਂਸਰ ਕੀਤਾ ਦੂਸਰੇ ਪਾਸੇ ਫਿਰ ਵੱਜੀ ਹੋਈ ਕੈਂਚੀ ਲੱਗਦੇ ਹੋਏ ਜ਼ੋਰ ਕਹਿੰਦੇ ਸਫ਼ਰ ਵਾਸਤੇ ਗੱਡੀ ਚੰਗੀ ਰੇਲ ਹੁੰਦੀ ਹੈ ਫਿਰ ਲੱਗੀ ਹੋਈ ਕੈਂਚੀ ਸੈਂਟਰ ਜੇਲ੍ਹ ਹੁੰਦੀ ਮੱਛੀ ਦਾ ਸੀਜ਼ਨ ਹੈ ਨੀ ਲੇਕਿਨ ਫਿਰ ਵੀ ਪੂਰੀਆਂ ਮੁਹੱਬਤਾਂ ਫਿਸ਼ ਫਾਰਮ ਵਾਲੇ ਮੀਆਂ ਫਰਮਾਨ ਸਾਹਿਬ ਉਹਨਾਂ ਦੀ ਮੁਹੱਬਤ ਪਿਆਰ ਪ੍ਰੀਤ ਕਬੱਡੀ ਤੇ ਆ ਗਿਆ ਮੁੰਡਾ ਮੁਗਲਾਂ ਦਾ ਕੈਸਰ ਮੁਗਲ ਆ ਗਿਆ ਕੈਸਰ ਮੁਗਲ ਚੱਲ ਵੀ ਮੁਗਲਾ ਅਲੀ ਚੱਟ ਖੜਾ ਆਸਮ ਰਾਜਾ ਖੜਾ ਆਸਮ ਰਾਜਾ ਆ ਸਾਬ ਕਮੋ ਦਾ ਰਾਜਾ ਲੱਗ ਗਿਆ ਜੀ ਉਸਤਾਦ ਗੁਲਾਮ ਅਬਾਸ ਭੱਟ ਦਾ ਮੁੰਡਾ ਸ਼ਗਿਰਦਾ ਸਾਬ ਕਮੋ ਦਾ ਰਾਜਾ ਰਾਜੇ ਫਕੀਰ ਹੁਸੈਨ ਦਾ ਪੁੱਤ ਰਾਜੇ ਤਨਵੀਰ ਦਾ ਵੀਰ ਨੰਬਰ ਹੋ ਗਿਆ ਜੀ ਕੈਸਰ ਮੁਗਲ ਦਾ ਨੰਬਰ ਹੋ ਗਿਆ ਕੈਸਰ ਮੁਗਲ ਦਾ ਆ ਗਿਆ ਮੁੰਡਾ ਰਾਣਾ ਹੈਦਰ ਰਾਣਾ ਹੈਦਰ
ਚੱਲ ਵੀ ਹਾਜ਼ਰ 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 ਆ ਗਿਆ ਰਾਣਾ ਹਾਜ਼ਰ ਰਿਕਾਰਡ ਹੋਲਡਰ ਖਿਡਾਰੀ ਕਾਸ਼ੀ ਸੰਧੂ ਦਾ ਸ਼ਗਿਰਦ ਹੈ ਦੇਖ ਮੁੰਡੇ ਦਾ ਬੋਲਿਆ ਹੈ ਧਾਵਾ ਆ ਲੱਗਾ ਮੁੰਡਾ ਬਚਾ ਲਓ ਨਿਕਲ ਗਏ ਪਰ ਪੁਆਇੰਟ ਇਸ ਸਮੇਂ ਜੋੜਦਾ ਹੋਇਆ ਆਪਣੀ ਟੀਮ ਦੇ ਖਾਤੇ ਰਾਣਾ ਹਾਜ਼ਰ ਦੂਏ ਪਾਸੇ ਜ਼ਹੀਰ ਸਾਬਲ ਇੱਕ ਵਾਰੀ ਫੇਰ ਤਿਆਰ ਬਣ ਅਭਿਨੇ ਦੇ ਅੱਗੇ ਖੜੇ ਆ ਨਾ ਬਹਿ ਜਾਓ ਯਾਰ ਮਿਹਰਬਾਨੀ ਤੁਹਾਡੀ ਰਾਣਾ ਹੈਦਰ ਆਜਾ ਵੀ ਆਪਣਾ ਇਨਾਮ ਲੈ ਜਾ ਮੀਆਂ ਫਰਮਾਨ ਸਾਹਿਬ ਫਿਸ਼ ਫਾਰਮ ਵਾਲੇ ਹਰ ਰੇਡਰ ਨੂੰ ਹਰ ਜਾਫੀ ਨੂੰ ਬਿਹਤਰੀਨ ਖੇਲ ਤੇ ਇਨਾਮ ਦੇ ਰਹੇ ਆ ਰਾਣਾ ਹੈਦਰ ਤੂੰ ਵੀ ਆਪਣਾ ਇਨਾਮ ਲੈ ਜਾ ਬਈ ਚੱਲ ਜ਼ਹੀਰ ਸਾਂਵਲ ਅੱਗਿਓ ਆਏ ਫਿਰ ਕੀ ਕਹਿੰਦਾ ਜੀ ਆਏ ਭਾਬੀਏ ਇਹ ਕੀ ਹੋ ਗਿਆ ਭਾਣਾ ਮੈਨੂੰ ਲੱਗ ਗਿਆ ਪੂਰਾ ਦਾ ਲਾਣੇ ਦਾ ਲਾਣਾ ਔਰ ਪੁਆਇੰਟ ਪੁਆਇੰਟ ਹੋ ਗਿਆ ਰੇਡਰ ਦਾ ਰਾਣਾ ਹੈਦਰ ਆਜਾ ਬਈ ਪੰਜ ਨਾਰੇ ਪੰਜ ਤਨੀ ਛਾਤੀ ਜਿਵੇਂ ਛੇੜ ਜੁੱਸਾ ਪੂਰਾ ਭਰ ਮਰਦਾਨਾ ਭਾਈ ਅੱਗੇ ਛੇੜ ਬੈਠਾ ਤੂੰ ਸਭ ਤੋਂ ਜ਼ਰੀਲੇ ਜਾਫੀ ਨੂੰ ਉਹ ਸਭ ਤੋਂ ਜ਼ਰੀਲੇ ਜਾਫੀ ਨੂੰ ਯਾਰ ਤਾੜੀਆਂ ਮਾਰੋ ਇਹੀ ਮੁੰਡਾ ਜਿਹੜਾ ਕੱਲਾ ਸਾਰੀ ਟੀਮ ਨੂੰ ਜਿਤਾ ਦਿੰਦਾ ਹੁੰਦਾ ਚਾਂਦ ਬੜਾ ਚੇਤਰਾ ਖਾਲਸ ਪਲਵਾਨ ਜੀ ਇਹਦੇ ਜੱਫਿਆਂ ਦਾ ਜਸ ਲੈਣਾ ਜਰਾ ਖਾਲਸ ਪਲਵਾਨ ਵਿੱਚ ਵਾਲੇ ਇਹਦੇ ਜੱਫੇ ਦਾ ਜਸ ਚਾਹ ਦੇ ਤੇਰਾ ਯਾਰ ਆ ਰਾਣਾ ਬੂਟਾ ਕਾਦਰੀ ਸਾਹਿਬ ਔਰ ਮੁਦੱਸਰ ਪੁੱਟਰ ਸਾਹਿਬ ਔਰ ਸਾਡੇ ਮੀਆਂ ਮੀਆਂ ਫਾਰੂਕ ਸਾਹਿਬ ਹਾਂਜੀ ਫਾਰੂਕ ਸਾਹਿਬ ਔਰ ਮੀਆਂ ਫਰਮਾਨ ਫਿਸ਼ ਫਾਰਮ ਵਾਲੇ ਚਾਂਦ ਉੱਤੇ ਤਾਂ ਕਈ ਇਨਾਮ ਲੈ ਲਈਆਂ ਅੱਗੇ ਆ ਦੇਖ ਜਰਾ ਆ ਜਾ ਬੇਟਾ ਆ ਜਾ ਅਲੀ ਹਸਨ ਬਾਲਾ ਲੋ ਇਧਰ ਆ ਇਧਰ ਆ ਸਾਡੇ ਬੱਲਾ ਲੋ 47 ਬੱਲਾ ਵਾਲੇ ਸ਼ਹਜ਼ਾਦੇ ਅਹਿਮਦ ਇਸ਼ਤਿਆਕ ਬਲ ਦੇ ਵੀਰਾਂ ਲੋ ਅਲੀ ਹਸਨ ਬਾਲਾ ਲੋ ਵੀ ਚਾਂਦ ਵੜਾਇਆ ਚ ਖੁਰਮ ਵੜਾਏ ਤੇ ਚਾਂਦ ਵੜਾਏ ਦੀ ਜੋੜੀ ਮਸ਼ਹੂਰ ਆ ਕਬੱਡੀ ਪਾਉਣ ਵਾਸਤੇ ਗੜੇ ਮੋੜ ਵਾਲਾ ਚੱਟ ਆ ਗਿਆ ਈ ਰਾਸ਼ਦ ਪੀਲਾ ਡੋਗਾ ਪੀਲਾ ਡੋਗਾ ਸਜਾਦ ਗੁੱਜਰ ਰੱਤੀ ਟਿੱਪੀ ਵਾਲੇ ਦਾ ਡੋਗਾ ਸਜਾਦ ਗੁੱਜਾ ਰੱਤੀ ਟਿੱਪੀ ਵਾਲਾ ਆ ਚੌਧਰੀ ਯੂਸਫ ਗੁੱਜਰ ਦੇ ਪੁੱਤ ਦਾ ਮੁੰਡਾ ਸ਼ਗਿਰਦਾ ਨੰਬਰ ਹੋ ਗਿਆ ਜੀ ਰਾਸ਼ਦ ਜੱਟ ਲਾਲਾ ਬੈਦੁੱਲਾ ਕਬੂਰ ਦਾ ਮੁੰਡਾ ਸ਼ਗਿਰਦ ਗੜਾ ਮੋੜ ਜ਼ਿਲ੍ਹੇ ਬਿਹਾਰੀ ਦਾ ਮੁੰਡਾ ਆ ਗਿਆ ਮੁੰਡਾ ਮੈਲੀ ਬੁਰਜੀ ਵਾਲਾ ਕੈਸਰ ਮੁਗਲ ਚਾਲੋ ਮੁਗਲਾ ਜਾ ਵਿੱਚ ਲਾਹੌਰੇ ਦੇਖ ਲਾ ਮੁਗਲਾਂ ਦੇ ਰੰਗ ਮਹੱਲ ਨਾ ਲਈਏ ਦੁੱਲੇ ਰਾਸ਼ਦਾ ਤੇ ਅੱਜ ਵੀ ਜਾਂਦੇ ਹੱਲ ਆ ਗਿਆ ਕੈਸਰ ਮੁਗਲ ਤੇ ਲੱਗਾ ਹੋਇਆ ਮੁੰਡਾ ਆਜ਼ਮ ਕੰਬੋ ਆਜ਼ਮ ਕੰਬੋ ਕੰਬੋਆਂ ਦਾ ਪੁੱਤ ਨੰਬਰ ਹੋ ਗਿਆ ਜੀ ਕੈਸਰ ਮੁਗਲ ਦਾ ਕੈਸਰ ਮੁਗਲ ਆ ਜਾ ਬਈ ਮੀਆਂ ਫਰਮਾਨ ਫਿਸ਼ ਫਾਰਮ ਵਾਲੇ ਮੀਆਂ ਹੁਜ਼ੈਫਾ ਔਰ ਮੀਆਂ ਫਰਮਾਨ ਫਿਸ਼ ਫਾਰਮ ਵਾਲੇ ਆ ਜਾ ਆਪਣਾ ਨਾਮ ਲੈ ਜਾ ਰਾਣਾ ਹੈਦਰ ਆ ਗਿਆ ਜੀ ਮੈਦਾਨ ਦੇ ਵਿੱਚ ਜੀ ਹੈਦਰ ਰਾਣੇ ਹੈਦਰ ਦੀ ਪਈ ਹੋਈ ਕਬੱਡੀ ਅੱਗਿਓ ਵੇਖੋ ਇਹ ਕੰਨੀ ਦੇ ਉੱਤੇ ਚਾਂਦ ਬਣਾਇਆ ਬੜਾ ਖਤਰਨਾਕ ਰਾਦਾ ਲੈ ਕੇ ਖੜਿਆ ਔਰ ਕਿਹਨੂੰ ਕਰਦਾ ਟੱਚ ਚਾਂਦ ਬਣਾਇਆ ਇਸ ਨੂੰ ਹੋ ਗਿਆ ਟੱਚ ਜੋੜ ਹੋ ਗਿਆ ਵੱਡਾ ਤਾੜੀਏ ਜੋੜ ਵੱਡਾ ਲੱਗਦਾ ਹੋਇਆ ਜ਼ੋਰ ਔਰ ਪੁਆਇੰਟ ਹੋ ਗਿਆ ਰਾਣੇ ਹੈਦਰ ਦਾ ਰਾਣਾ ਹੈਦਰ ਆ ਜਾ ਬਈ ਮੀਆਂ ਫਰਮਾਨ ਸਾਹਿਬ ਫਿਸ਼ ਫਾਰਮ ਵਾਲੇ ਉਹਨਾਂ ਕੋਲੋਂ ਵੀ ਆਪਣਾ ਇਨਾਮ ਲੈ ਜਾ ਦੂਸਰੇ ਪਾਸੇ ਜ਼ਹੀਰ ਸਾਵਲ ਕਾਲੇ ਰੰਗ ਦਾ ਪਾਇਆ ਕੱਛਾ ਕਹਿੰਦੇ ਸੂਹਾ ਚੋਲਾ ਪਾ ਮਾਈਆ ਅੱਜ ਸਾਡੀ ਫਰਮਾਇਸ਼ ਤੇ ਇੱਕ ਪਾਸੇ ਲਾਲਾ ਸਕੀਰ ਕੰਬੋ ਕਬੱਡੀ ਕਲੱਬ ਔਰ ਦੂਸਰੇ ਪਾਸੇ ਅਲੀ ਜੱਟ ਅਲੀ ਗੁੱਜਰ ਔਰ ਅਲੀ ਜੱਟ ਅਲੀ ਜੱਟ ਨਾਲ ਹੋਈ ਟੱਕਰ ਔਰ ਪੁਆਇੰਟ ਹੋ ਗਿਆ ਜ਼ਹੀਰ ਸਾਵਲ ਅਲੀ ਜੱਟ ਚੱਲ ਜ਼ਹੀਰ ਚੱਲ ਆ ਬਈ ਰਾਸ਼ਦ ਰਾਸ਼ਦ ਜੱਟ ਗੜੇ ਮੋੜ ਵਾਲਾ
ਲਲੇ ਬੈਦੁਲਾ ਕੰਬੋਦਸ਼ ਗਿਰ ਇਨਸ਼ਾਅੱਲਾ ਕੈਨੇਡਾ ਵੀ ਇਸ ਸੀਜ਼ਨ ਤੇ ਜਾ ਰਿਹਾ ਰਾਸ਼ਦ ਜੱਟ ਗਣੇ ਮੋੜ ਵਾਲਾ ਚੱਲ ਜਵਾਨਾ ਪਈ ਹੋਈ ਕਬੱਡੀ ਹਲਕਾ ਜਿਹਾ ਚੁੱਕਿਆ ਨਹੀਂ ਉਹ ਲੱਭਣਾ ਲਾਲ ਗੁਆਚਾ ਮਿੱਟੀ ਨੇ ਫਰੋਲ ਚੁੱਕਿਆ ਗੁੱਜਰ ਮਹਿਰ ਰਾਣੇ ਸਾਰੇ ਜੀ ਉਹ ਦੱਸੋ ਕਿਹੜੇ ਘੱਟ ਕਬੱਡੀ ਖੇਡਦੇ ਨੇ ਉਹ ਪੰਜਾਬ ਦੇ ਖੇਡਾਂ ਦੀ ਰਾਣੀ ਏ ਰਹਿਮਾਨੀ ਤੇਲੀ ਵੱਟ ਕਬੱਡੀ ਖੇਡਦੇ ਨੇ ਆਸਮ ਰਾਜਾ ਆ ਸਾਧ ਕੰਬੋ ਦਾ ਰਾਜਾ ਲੱਗ ਗਿਆ ਈ ਆ ਰਾਜਾ ਲੱਗ ਗਿਆ ਈ ਰਾਜੇ ਫਕੀਰ ਹੁਸੈਨ ਦਾ ਪੁੱਤ ਰਾਜੇ ਫਕੀਰ ਹੁਸੈਨ ਦਾ ਪੁੱਤ ਰਾਜੇ ਤਨਵੀਰ ਦਾ ਵੀਰ ਲੱਗ ਗਿਆ ਈ ਰਾਜਾ ਆਸਮ ਰਾਜਾ ਰਾਜਾ ਆ ਜੀ ਅੱਬਾਸ ਵੱਟ ਦਾ ਰਾਜਾ ਹਾਂਜੀ ਪੁਆਇੰਟ ਆਸਮ ਰਾਜਾ ਆ ਜਾ ਆਪਣਾ ਇਨਾਮ ਲੈ ਜਾ ਆ ਗਿਆ ਜੀ ਰਾਣਾ ਹੈਦਰ ਅਗਲੀ ਰੇਡ ਦੇ ਉੱਤੇ ਪੋਲੇ ਪੋਲੇ ਪੱਪ ਧਰਦਾ ਹੈ ਮੁੰਡਾ ਮੈਦਾਨ ਦੇ ਵਿੱਚ ਕੌਡੀ ਖੇਡਣ ਜੋਧੇ ਗੱਭਰੂ ਆਪਣੀ ਭਲਕ ਸ਼ਿੰਗਾਰਨ ਸੱਜਣਾ ਮਿੱਤਰਾ ਵੀਰਿਆ ਮਾਪਿਆ ਤੇ ਜਿਗਰੇ ਠਾਰਨ ਤੇ ਚਾਰੇ ਬੂਟਾ ਇਹਨਾਂ ਦੀ ਲੋ ਪਾਰਸ ਹਰ ਥਾਂ ਖਿਲਵੇ ਵਿੱਚ ਮੈਦਾਨੇ ਸੋਨੇ ਰੰਗੀਆਂ ਦਹੀਆਂ ਲਿਸ਼ਕਾਂ ਮਾਰਨ ਵਿੱਚ ਮੈਦਾਨੇ ਸੋਨੇ ਰੰਗੀਆਂ ਦਹੀਆਂ ਲਿਸ਼ਕਾਂ ਮਾਰਨ ਕਬੱਡੀ ਪਾਉਣ ਵਾਸਤੇ ਆ ਗਿਆ ਕੈਸਰ ਮੁਗਲ ਕੈਸਰ ਮੁਗਲ ਚੱਲ ਹਾਂਜੀ ਕੌਣ ਅੱਛਾ ਅੱਛਾ ਕੈਸਰ ਮੁਗਲ ਇਹ ਕਬੱਡੀ ਦਾ ਈਗਲ ਕਹਿੰਦੇ ਆ ਮੁੰਡੇ ਨੂੰ ਅੱਗੇ ਜੱਟਾਂ ਦਾ ਮੁੰਡਾ ਅਲੀ ਜੱਟ ਤੇ ਮੁਗਲ ਮੁਗਲ ਪ੍ਰਿੰਸ ਆਫ ਪਾਕਿਸਤਾਨ ਬਾਬਰ ਵਸੀਮ ਗੁੱਜਰ ਦਾ ਮੁੰਡਾ ਸ਼ਿਕਰ ਦਾ ਆ ਜਾਂਦਾ ਈ ਮੁਗਲਾਂ ਦਾ ਮੁੰਡਾ ਇਹਦਾ ਵੱਡਾ ਵੀਰ ਵੀ ਫੈਸਲ ਲਾਡਾ ਪਾਕਿਸਤਾਨ ਆਰਮੀ ਵਾਲਾ ਫੈਸਲ ਦਾ ਵੀਰ ਆ ਇਹ ਮੁੰਡਾ ਕਬੱਡੀ ਕਿਹੜੇ ਮੁੰਡੇ ਨੇ ਪਾਉਣੀ ਆ ਕਬੱਡੀ ਪਾਉਣੀ ਆ ਰਾਸ਼ਦ ਜੱਟ ਨੇ ਚਾਲੋ ਜੱਟਾ ਚਾਲੋ ਜੱਟਾ ਚੱਕ ਦੇ ਫਟਾ ਜਰਾ ਰਾਸ਼ਦ ਜੱਟ ਦੀ ਕਬੱਡੀ ਚਾਂਦ ਵੜੈਚ 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 ਲੱਗ ਗਈ ਚਾਂਦ ਵੜੈਚ ਤੇ ਰਾਸ਼ਦ ਜੱਟ ਜੱਟ ਤੇ ਵੜੈਚ ਗੋਪਾਂ ਵੱਖੋ ਵੱਖ ਜੱਟਾਂ ਦੇ ਪੁੱਤ ਦੀਆਂ ਇੱਥੇ ਮਾਵਾਂ ਸ਼ੇਰੇ ਪਾਲ ਦੀਆਂ ਦੁੱਧ ਮੱਖਣਾ ਲੱਸੀਆਂ ਨਾਲ ਇੱਥੇ ਗੱਭਰੂ ਅੱਡੀ ਮਾਰਦੇ ਆਉਂਦਾ ਧਰਤੀ ਵਿੱਚ ਭੁਜਾਲ ਇੱਥੇ ਉੱਚੇ ਸ਼ਿਮਲੇ ਸਿਰਾਂ ਤੇ ਇੱਥੇ ਸੱਜਦੀ ਹੈ ਸਰਦਾਰੀ ਨਹੀਂ ਦੇਸ ਕੋਈ ਪੰਜਾਬ ਜਿਹਾ ਕਿਤੇ ਹੋਰ ਨਹੀਂ ਜੱਟ ਦੇ ਯਾਰੀ ਸਹੀਰ ਸਾਵਲ ਬੋਲਦਾ ਹੈ ਧਾਵਾ ਸਹੀਰ ਸਾਵਲ ਆਜ਼ਮ ਕਬੋ ਆਸਮ ਰਾਜਾ ਅਲੀ ਜੱਟੋ ਦੇਖ ਜਰਾ ਕੁਝ ਪਟੜੇ ਦੀ ਕੋਸ਼ਿਸ਼ ਕੀਤੀ ਹੈ ਪੁਆਇੰਟ ਜੋੜਦਾ ਹੋਇਆ ਸਹੀਰ ਸਾਵਲ ਆਪਣੀ ਟੀਮ ਦੇ ਖਾਤੇ ਅਗਲੀ ਰੇਟ ਤੇ ਆ ਗਿਆ ਖਾਬਰ ਸਿਆਲ ਚਾਨਾ ਸਿਆਲ ਗੌਰੀ ਮਜ਼ੈਲ ਯਾਰਾਂ ਦਾ ਯਾਰ ਉਹਦਾ ਨਿੱਕਾ ਵੀਰ ਨਾਲੇ ਸ਼ਗਿਰਦ ਖਾਬਰ ਸਿਆਲ ਪਰਮਾ ਗੁੱਦਵਾ ਸਰੀਰ ਹੈ ਗੁਰਵਿੰਦਰ ਪਹਿਲਵਾਨ ਕਾਲਵਾ ਵਾਲਾ ਉਹਦੇ ਵਰਗਾ ਸਰੀਰ ਇਸ ਸਮੇਂ ਬੋਲਿਆ ਹੋਇਆ ਧਾਵਾ ਮੈਦਾਨ ਚ ਖਾਬਰ ਸਿਆਲ ਦਾ ਤਲਹਾ ਵੱਟੂ ਆਲੀ ਵਿਚਾਰੋਂ ਲੱਗਾ ਇਸ ਵੇਲੇ ਪੀਲਾ ਡੋਗਾ ਸਰਦਾਰ ਪੀਲਾ ਡੋਗਾ ਆ ਦੇਖ ਯਾਰਾ ਸਜਾਦ ਗੁੱਜਰ ਰੱਤੀ ਟਿੱਪੀ ਵਾਲੇ ਦਾ ਸ਼ੇਰ ਲਗਾਈ ਅਲੀ ਫੋਰਸ ਵਾਲਾ ਡੋਗਰ 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 ਸਜਾਦ ਗੁੱਜਰ ਰੱਤੀ ਟਿੱਪੀ ਵਾਲਾ ਯੂਸਫ ਗੁੱਜਰ ਦੇ ਪੁੱਤ ਦਾ ਮੁੰਡਾ ਸ਼ਿਕਰਦਾ ਸਰਦਾਰ ਭੀਲੇ ਡੋਗਰ ਇੱਧਰ ਆ ਭੀਲੇ ਇੱਧਰ ਆ ਇੱਧਰ ਆ ਜਰਾ ਮੀਆਂ ਫਰਮਾਨ ਸਾਹਿਬ ਫਿਸ਼ ਫਾਰਮ ਵਾਲੇ ਆ ਜਰਾ ਸਾਡੇ ਇਸਤਾ ਲੱਜਾ ਵਾਲੇ ਸਟੇਜ ਦੇ ਪ੍ਰਧਾਨਾਂ ਤੋਂ ਉੱਪਰ ਜਰਾ ਸਰਦਾਰ ਭੀਲਾ ਡੋਗਰ ਅਲੀ ਫੋਰਸ ਦੇ ਵਿੱਚ ਪਾਕਿਸਤਾਨ ਦਾ ਮਾਣ ਵਧਾਉਂਦਾ ਰਾਣਾ ਫਰਮਾਨ ਫਿਸ਼ ਫਾਰਮ ਵਾਲੇ ਤੇ ਮੀਆਂ ਫਰੂਕ ਸਾਹਿਬ ਚੌਥੀ ਵਾਰੀ ਆਈ ਲਵ ਯੂ ਰਾਣਾ ਪੁੱਤਾ ਹੱਥ ਮੈਂ ਬੋਲਦਾ 500 ਰੁਪਈਆ ਮੀਆਂ ਵਹੀਦ ਦੇ ਵੀਰ ਵੱਲੋਂ ਬਹੁਤ ਸਾਰਾ ਸ਼ੁਕਰੀਆ ਜਨਾਬ
ਮੀਆਂ ਸਨਾਉਲਾ ਸਾਹਿਬ ਮੁਹੱਬਤ ਪਿਆਰ ਫਰੀਦ ਦਾ ਬਹੁਤ ਸਾਰਾ ਸ਼ੁਕਰੀਆ। ਮੀਆਂ ਵਹੀਦ ਸਾਹਿਬ ਸਾਊਥ ਅਫਰੀਕਾ ਵਾਲੇ 50,000 ਰੁਪਈਆ ਅੱਜ ਦੇਣਾ ਵਾ, 50,000 ਰੁਪਈਆ ਅੱਜ ਵੀਰਿਆਂ ਨੂੰ ਮੁਹੱਬਤਾਂ ਪਿਆਰ ਫਰੀਦਾਂ ਭੇਜਣੀਆਂ ਜੇ ਬਾਹਮਣੀ ਵਾਲਾ ਜਿੱਤਦਾ ਮੇਲਾ ਤੇ। ਆ ਜੀ ਬਾਹਮਣੀ ਵਾਲੇ ਦੇ ਵਿੱਚ ਸਾਰੇ ਇੰਟਰਨੈਸ਼ਨਲ ਖਿਡਾਰੀ ਆ, 50,000 ਇੱਕ ਦਾ ਐਲਾਨ ਹੋਇਆ ਔਰ 75,000 ਰੁਪਇਆ ਵੀ ਇੱਕ ਐਲਾਨ ਹੋਇਆ। ਦੂਸਰੇ ਪਾਸੇ ਕਬੱਡੀ ਦੇ ਉੱਤੇ ਆ ਗਿਆ ਕਾਸ਼ੀ ਬੱਟੂ, ਇੰਟਰਨੈਸ਼ਨਲ ਕਬੱਡੀ ਖਿਲਾੜੀ ਆ, ਇਰਾਨ ਦਾ ਟੂਰ ਕਰਕੇ ਆਇਆ ਪੰਜਾਬ ਦੀ ਟੀਮ ਵੱਲੋਂ। ਔਰ ਵੱਧ ਕੇ ਵੇਖੋ ਕਿਹਨੂੰ ਮਾਰਦਾ ਟੱਚ, ਆਸਮ ਰਾਜੇ ਦੇ ਨਾਲ ਹੋ ਗਈ ਟੱਚ ਔਰ ਪਾਣੀ ਡੋਲ ਗਈ ਚਾਂਚਰਾਂ ਵਾਲੀ ਤੇ ਕੈਂਠੇ ਵਾਲਾ ਤਿਲਕ ਗਿਆ ਔਰ ਥੋੜੀ ਨਮੀ ਆ ਗਈ ਆ ਗਰਾਊਂਡ। ਚੱਲ ਵੀ ਸੇਬੀ ਬੱਟੂ, ਚੱਲ ਵੀ ਤਲਹਾ ਬੱਟੂ, ਆ ਬੱਟੂਆਂ ਦੇ ਉਹ ਸ਼ੇਰੋ ਸਦਰ ਵਾਲਾ, ਸਦਰ ਵਾਲੇ ਵਾਲਿਓ ਭੀਲਾ ਡੋਗਰ ਵਿੱਚ ਦੋ ਵੱਟੂ, ਇੱਕ ਡੋਗਰ ਤੇ ਇੱਕ ਵੜੈਚ, ਉਰਲੀ ਕੰਨੀ ਤੇ ਆ ਚਾਂਦ ਵੜੈਚ, ਪਰਲੀ ਕੰਨੀ ਤੇ ਆ ਭੀਲਾ ਡੋਗਰ, ਸਜਾਦ ਗੁੱਜਰ ਦੀ ਪੱਗ ਤੇ ਵਿੱਚ ਖੜਾ ਸੇਬੀ ਵੱਟੂ ਤੇ ਤਲਹਾ ਵੱਟੂ, ਦੋ ਵੱਟੂ ਇੱਕ ਡੋਗਰ ਤੇ ਇੱਕ ਆ ਲਗਾਈ ਵੱਟੂ, ਆ ਲਗਾਈ ਤਲਹਾ ਵੱਟੂ, ਤਲਹਾ ਵੱਟੂ ਤੇ ਨੰਬਰ ਹੋ ਗਿਆ ਰਾਣੀ ਹੈਦਰ ਦਾ, ਨੰਬਰ ਹੋ ਗਿਆ ਕਾਸ਼ੀ ਸੰਧੂ ਦਾ ਮੁੰਡਾ, ਸ਼ਿਕਰ ਦਾ ਭੁੱਖਪੁਰਾ, ਫੈਸਲਾਬਾਦ ਪਿੰਡ ਦਾ ਮੁੰਡੇ ਦਾ। ਅਗਲੀ ਕਬੱਡੀ ਪਾਉਣ ਵਾਸਤੇ ਆ ਗਿਆ ਫਿਰ ਇੱਕ ਵਾਰੀ ਮੈਲੀ ਗੁਰਦੀ ਵਾਲਾ ਕੈਸਰ ਮੁਗਲ, ਈਗਲ ਆਫ ਕਬੱਡੀ ਕੈਸਰ ਮੁਗਲ, ਬਹੁਤ ਸੋਹਣੀ ਭਾਜ, ਬਹੁਤ ਸੋਹਣਾ ਬਾਡੀ ਡਾਜ, ਬਹੁਤ ਵਧੀਆ ਟੱਚ ਹੁੰਦੇ ਆ, ਦੇਖ ਜਰਾ ਚੜ ਚੜ ਜਮਾਨਾ ਖੜ ਖੜ ਦੇਖਦਾ, ਆ ਦੇਖ ਜਰਾ ਲੱਗ ਦੇਖ ਜਰਾ, ਆਜ਼ਮ ਕਬੋਇਆ ਸੋਲੇ ਬਾਈ ਕਰਦੇ ਚੱਕੇ, ਯਾਸਰ ਕਬੋ, ਯਾਸਰ ਕਬੋਇਆ ਸੋਲੇ ਬਾਈ ਜੀ ਪੂਰੇ ਚੱਕੇ ਜਾਮ ਕੀਤੇ ਹੋਏ ਆ, ਰਾਹਾਂ ਟੱਕੀਆਂ ਹੋਈਆਂ, ਫਸਿਆ ਹੋਇਆ ਟਰੈਕਟਰ ਪੂਰਾ ਖੋਪੇ 'ਚ, ਪਤਾ ਲੱਗਣਾ ਕੈਸਰ ਮੁਗਲ ਇੱਥੇ ਯਾਸਰ ਕਬੋ ਨੇ ਬਾਈ ਪੂਰਾ ਜੋਰ ਲਗਾ ਦਿੱਤਾ ਔਰ ਹਾਸ਼ਮ ਦੀ ਵਿਸਲ, ਪੁਆਇੰਟ ਹੋ ਗਿਆ ਯਾਸਰ ਕਬੋ ਦਾ। 30 ਸਕਿੰਟਾਂ ਦਾ ਸਮਾਂ ਟਕ 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 ਕਰਕੇ ਬੀਤ ਗਿਆ, ਪੁਆਇੰਟ ਯਾਸਰ ਕਬੋ ਦਾ। ਦੂਸਰੇ ਪਾਸੇ ਇੰਟਰਨੈਸ਼ਨਲ ਖਿਲਾੜੀ ਚੰਦ ਰਾਸ਼ਦ ਗੜੇ ਮੋੜ ਵਾਲਾ ਜੀਓ ਰਾਸ਼ਦ, ਬਹੁਤ ਹੀ ਜਵਾਨ ਨੇ, ਤਕੜੀਆਂ ਰੇਟਾਂ ਪਾਈਆਂ, ਫਿਰ ਬਾਹਰ ਨਿਕਲ ਕੇ ਲੱਗਾ ਭੀਲਾ ਡੋਗਰ, ਭੀਲਾ ਡੋਗਰ, ਸਜਾਦ ਗੁੱਜਰ ਦਾ ਮੁੰਡਾ, ਸ਼ਿਕਰ ਦਾ ਰੱਤੀ ਟਿੱਬੀ ਵਾਲੇ ਦਾ, ਸਜਾਦ ਗੁੱਜਰ ਦਾ ਮੁੰਡਾ, ਸ਼ਿਕਰ ਦਾ ਰੱਤੀ ਟਿੱਬੀ ਵਾਲੇ, ਗੁੱਜਰ ਦਾ ਸ਼ਿਕਰ, ਭੀਲਾ 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 ਤੇ ਰਸ ਜੱਟ, ਨੰਬਰ ਜੱਟ ਦਾ, ਪੁਆਇੰਟ ਜੱਟ ਦਾ ਜੀ, ਪੋਤੀ ਜੱਟ ਦਾ ਤੇ ਆਉਂਦਾ ਹੀ ਮੈਦਾਨਾਂ ਵਿੱਚ ਧੂੜਾ ਪੱਟਦਾ, ਆਉਂਦਾ ਹੀ ਮੈਦਾਨਾਂ ਵਿੱਚ ਧੂੜਾ ਪੜਦਾ। ਆ ਗਿਆ ਮੁੰਡਾ ਜ਼ਹੀਰ ਸਾਮਲ, 141 ਸਦਰ ਵਾਲਾ ਪਿੰਡ ਦਾ ਮੁੰਡੇ ਦਾ, ਗੋਸ਼ਤ ਹੱਡੀ ਦਾ, ਖੱਦਰ ਖੱਡੀ ਦਾ, ਸਭ ਖੇਡਾਂ ਤੋਂ ਵੱਧ ਸਵਾਦ ਕਬੱਡੀ ਦਾ, ਸਭ ਖੇਡਾਂ ਤੋਂ ਵੱਧ ਸਵਾਦ ਕਬੱਡੀ ਦਾ, ਜ਼ਹੀਰ ਸਾਮਲ ਦੀ ਕਬੱਡੀ, ਯਾਸਰ ਕਬੋ ਤਿਆਰ ਆ, ਆਸਮ ਰਾਜਾ ਤਿਆਰ ਆ, ਅਲੀ ਜੱਟ, ਅਲੂ ਜੱਟ, ਅਲੂ ਜੱਟ, ਅਲੂ ਜੱਟ, ਅਲੀ ਜੱਟ ਤੇ ਜ਼ਹੀਰ ਸਾਮਲ, ਅਲੀ ਜੱਟ ਤੇ ਜ਼ਹੀਰ ਸਾਮਲ, ਲਾਲਾ ਸਗੀਰ ਕਬੱਡੀ ਕਲੱਬ, ਤਜੰਬਲ ਬਾਜਵਾ ਲਾਲਾ ਸਗੀਰ ਕਬੱਡੀ ਕਲੱਬ ਦਾ ਜੱਟਾਂ ਦਾ ਮੁੰਡਾ, ਰਾਹ ਡੱਕੀ ਖੜਾ, ਰਾਹ ਡੱਕੀ ਖੜਾ, ਜੱਟਾਂ ਦਾ ਪੁੱਤ ਅਲੀ ਜੱਟ ਜੀ। ਔਰ ਪੁਆਇੰਟ ਅਲੀ ਇੱਧਰ ਆ, ਅਲੀ ਆ ਜਾ ਵੀ ਇੱਧਰ, ਮੀਆਂ ਫਰਮਾਨ ਸਾਹਿਬ ਫਿਸ਼ ਫਾਰਮ ਵਾਲੇ, ਉਹਨਾਂ ਨੂੰ ਵੀ ਆਪਣਾ ਇਨਾਮ ਲੈ ਜਾ, ਔਰ ਰਾਣਾ ਬੂਟਾ ਕਾਦਰੀ ਸੀ ਉਹਨਾਂ ਕੋਲੋਂ ਵੀ ਆਪਣਾ ਇਨਾਮ ਲੈ ਜਾ ਵੀ, ਭਰਪੂਰ ਇਨਾਮਾਤ ਦੀ ਪ੍ਰਸਾਦ, ਸਟੇਜ ਤੋਂ ਵੀ ਆਪਣਾ ਇਨਾਮ ਲੈ ਆ ਜਾ ਵੀ, ਅਲੀ ਅਲੀ ਚੱਲ ਜਵਾਨਾ, ਖੂਬਸੂਰਤ ਮੈਚ ਫਿਰ ਇੱਕ ਵਾਰੀ ਫਿਰ ਹੋ ਗਈ ਖਾਮ ਖਾ, ਗੁੱਥਮ ਗੁੱਥਾ ਹੋ ਗਏ, ਰਾਣਾ ਹੈਦਰ, ਰਾਣਾ ਹੈਦਰ ਜੀ ਓਏ, ਪਈ ਹੋਈ ਕੈਂਚੀ, ਉੱਠ ਫਰੀਦਾ ਸੁੱਤਿਆ, ਤੇਰੀ ਦਾੜੀ ਆਇਆ ਬੂਰ, ਅੱਗਾ ਆ ਗਿਆ ਨੇੜੇ ਤੇ ਪਿੱਛਾ ਰਹਿ ਗਿਆ ਦੂਰ। ਚੱਲ ਵੀ ਚੱਲ, ਅਗਲੀ ਰੇਡ ਲਈ ਕਾਸ਼ੀ ਵੱਟੂ ਇੰਟਰਨੈਸ਼ਨਲ ਖਿਡਾਰੀ,
ਯਾਸਰ ਚੀਮਾ ਕਮਾਲਪੁਰ ਰੂੜੀ ਵਾਲੇ ਉਹਨਾਂ ਦਾ ਸ਼ਾਗਿਰਦ ਖਿਡਾਰੀ ਹੈ ਇੰਟਰਨੈਸ਼ਨਲ ਖਿਡਾਰੀ ਇਰਾਨ ਦਾ ਟੂਰ ਕਰਕੇ ਆਇਆ ਮੁੰਡਾ ਆਹ ਦੇਖ ਮੈਦਾਨ ਵਿੱਚ ਬੋਲਿਆ ਹੈ ਧਾਵਾ ਯਾਸਰ ਕਬੋ ਔਰ ਦੇਖਦੇ ਆ ਯਾਸਰ ਕਬੋ ਦੇ ਨਾਲ ਆਸਫ ਰਾਜਾ ਔਰ ਲਗਾਈ ਆਸਫ ਰਾਜਾ ਦੇਖ ਚੜ੍ਹਾਈ ਪੂਰੀ ਆਸਫ ਰਾਜਾ ਇੰਟਰਨੈਸ਼ਨਲ ਖਿਡਾਰੀ ਉਸਤਾਦ ਗੁਲਾਮ ਅਬਾਸ ਪੱਟ ਦਾ ਸ਼ਾਗਿਰਦ ਮੁੰਡਾ ਟੱਕਣੇ ਦੀਆਂ ਕੋਸ਼ਾਂ ਇਸ ਵੇਲੇ ਰਾਤ ਦਾ ਮੱਲੀਆਂ ਹੋਈਆਂ ਹਿੱਕਾਂ ਚ ਵੱਜਦੀਆਂ ਹਿੱਕਾਂ ਲੱਗਦੇ ਹੋਏ ਜੋਰ ਆਏ ਹਾਏ ਇਧਰ ਆ ਆਸਫ ਰਾਜਾ ਇਧਰ ਆ ਆਏ ਹਾਏ ਇਧਰ ਆ ਰਾਜੇ ਫਕੀਰ ਸੈਨ ਦੇ ਆ ਸ਼ੇਰ ਪੁੱਤਰਾ ਆਸਮ ਇਧਰ ਆਸਮ ਚਲੋ ਜੀ ਅਗਲੀ ਕਬੱਡੀ ਪਾਉਣ ਵਾਸਤੇ ਰਾਸ਼ਦ ਚੱਟ ਗੜੇ ਮੋੜ ਵਾਲਾ ਲਾਲਾ ਤਨਵੀਰ ਕੰਬੋ ਲਾਲਾ ਬੈਦੁੱਲਾ ਬਾਈ ਪੁਆਇੰਟ ਹੈਗੇ ਆ 14-14 ਬਰਾਬਰ ਇਸ ਲਈ ਬਾਈ ਚਾੜੀ ਆਉਣ ਦੋ ਟਕਾ ਕੇ ਤਾੜੀ ਆਉਣ ਦੋ ਜਰਾ ਆਸਫ ਰਾਜਾ ਬਾਈ ਇੱਥੇ ਆ ਕੈਨੇਡਾ ਤੋਂ ਲਾਈਵ ਦੇਖ ਰਹੇ ਹੋ 5500 ਰੁਪਈਆ ਵੀ ਸਾਡੇ ਲਈ ਆਇਆ ਹੋਇਆ ਜਨਾਬ ਉਹ ਦੇਖ ਜਰਾ ਮੈਦਾਨ ਦੇ ਪਿੱਛੇ ਇੱਕ ਵਾਰੀ ਫੇਕਲ ਆਫ ਕਬੱਡੀ ਮੈਲੀ ਪੁਰਜੀ ਵਾਲਾ ਕਾਸ ਕੈਸਰ ਮੁਗਲ ਹੈ ਪਕੜ ਬਾਈ ਬਣਾ ਲਈ ਹੈ ਉਹ ਦੇਖ ਜਰਾ ਇਸ ਵੇਲੇ ਘੜੀ ਦੀਆਂ ਸੂਈਆਂ ਨੂੰ ਘੁੰਮਦੇ ਹੋਏ ਰਾਤ ਸਮੇਂ ਦਿਨ ਦਾ ਮਾਹੌਲ 72ਵੇਂ ਬਾਂਬੜੀ ਵਾਲੇ ਦੀ ਧਰਤੀ ਹਰ ਅੱਖ ਦੇਖਦੀ ਹੋਈ ਸਾਨਾ ਦਾ ਭੇੜ ਯਾਸਰ ਕਬੋ ਦੇਖ ਭਰਿਆ ਲੱਕ ਰੱਖ ਲਿਆ ਥੱਲੇ ਯਾਸਰ ਕੰਬੋ ਇੱਧਰ ਆ ਯਾਰ ਯਾਸਰ ਕੰਬੋ ਆ ਜਾ ਬਈ ਆ ਜਾ ਆਪਣਾ ਨਾਮ ਵੀ ਨੇ ਲੈ ਜਾ ਕੇ ਆ ਜਾ ਬਾਈ ਰਾਣਾ ਬੂਟਾ ਕਾਜ਼ੀ ਸਾਹਿਬ ਵੱਲੋਂ ਮੀਆਂ ਫਰਮਾਨ ਫਿਸ਼ ਫਾਰਮ ਵਾਲੇ ਜਨਾਬ ਆ ਜਾਓ ਆਪਣਾ ਨਾਮ ਲੈ ਜਾਓ ਯਾਸਰ ਕੰਬੋ ਚੱਲ ਵੀ ਅੱਗੇ ਰੇਟ ਤੇ ਆ ਗਿਆ ਰਾਣਾ ਹੈਦਰ ਇੱਕ ਵਾਰੀ ਫੇ ਤਲਹਾ ਵੱਟੂ ਸੇਪੀ ਚੱਲ ਵੀ ਦੇਖਦੇ ਆ ਬੀਲਾ ਡੋਕਰ ਔਰ ਚਾਂਦ ਬੜੈਚ ਕੱਲਾ ਹੀ ਬਾਈ ਇੱਕ ਮੈਚ 8-8-10 ਦਾ ਜੱਫੇ ਕਰਨ ਵਾਲਾ ਚਾਂਦ ਬੜੈਚ ਹੈ ਦੇਖ ਜਿਹੜਾ ਲੱਗਾ ਪਰ ਰਾਣਾ ਹੈਦਰ ਕਾਸ਼ੀ ਸੰਧੂ ਦਾ ਸ਼ਿਕਟ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਖਾਤੇ ਔਰ ਆਪਣੀ ਟੀਮ ਦਾ ਪੰਜ ਜਿਹੜਾ ਫਾਈਨਲ ਦੇ ਨੇੜੇ ਕਰਦਾ ਹੋਇਆ ਮੁੰਡਾ ਪੂਰੀ ਮਿਹਨਤ ਮਾਰਦਾ ਹੋਇਆ ਪੂਰੀ ਹਿੰਮਤ ਮਾਰਦਾ ਹੋਇਆ ਅੱਗੇ ਆ ਗਿਆ ਜੀ ਜ਼ਹੀਰ ਸਾਂਬਲ ਆਕਲ ਪੀਰ ਵਾਲਾ ਜ਼ਹੀਰ ਸਾਂਬਲ ਚੱਲ ਵੀ ਜ਼ਹੀਰ ਸਾਂਬਲ ਕਿਹੜਾ ਮੂਰੇ ਹੁੰਦਾ ਕਿਹੜਾ ਸੜੀਅਲ ਘੋੜੇ ਨੂੰ ਕਾਠੀ ਪਾਉਣ ਦੀ ਕੋਸ਼ਿਸ਼ ਕਰਦਾ ਆਸਫ ਰਾਜਾ ਲੱਗਾ ਪਰ ਪੁਆਇੰਟ ਜ਼ਹੀਰ ਸਾਂਬਲ ਦੇ ਖਾਤੇ ਜੁੜਦਾ ਹੋਇਆ ਪੁਆਇੰਟ ਆਪਣੀ ਟੀਮ ਦੇ ਖਾਤੇ ਸਦਰ ਵਾਲੇ ਦੇ ਖਾਤੇ ਪੁਆਇੰਟ ਦਾ ਵਾਧਾ ਕੀਤਾ ਰਾਸ਼ਦ ਜੱਟ ਆ ਗਿਆ ਰਾਸ਼ਦ ਜੱਟ ਗੜੇ ਮੋੜ ਵਾਲਾ ਜੀ ਆ ਗਿਆ ਮੁੰਡਾ ਗੜੇ ਮੋੜ ਵਾਲਾ ਚੱਲ ਵੀ ਗੜੇ ਮੋੜ ਵਾਲੇ ਆ ਜੱਟਾ ਆ ਜੱਟਾ ਚਾਂਦ ਬੜਾ ਚੜ ਕੇ ਜਰੀਲੇ ਖੜੇ ਆ ਅੱਗੇ ਬੱਟੂਆਂ ਦੇ ਪੁੱਤ ਖੜੇ ਅੱਗੇ ਸਜਾਦ ਗੁੱਜਰ ਦਾ ਭੀਲਾ ਡੋਗਰ ਖੜਾਈ ਭੀਲੇ ਡੋਗਰ ਦਾ ਹੋਈ ਹੈ ਟੱਕਰ ਰਾਸ਼ਦ ਜੱਟ ਤੇ ਡੋਗਰ ਇੱਕ ਪਾਸੇ ਡੋਗਰਾਂ ਦਾ ਮੁੰਡਾ ਦੂਜੇ ਪਾਸੇ ਆਰਮੀ ਆਰਮੀ ਤੇ ਪੁਲਿਸ ਮੁਕਾਬਲਾ ਆਰਮੀ ਤੇ ਪੁਲਿਸ ਵਾਲਾ ਮੁੰਡਾ ਨੰਬਰ ਹੋ ਗਿਆ ਜੀ ਪਾਕਿਸਤਾਨ ਆਰਮੀ ਦੇ ਰਾਸ਼ਦ ਜੱਟ ਦਾ ਵਿੱਚ ਅਖਾੜੇ ਝਾਤੀ ਪਾਈਏ ਤੱਕੀਏ ਸਭ ਭਲਵਾਨ ਕੌਮੀ ਖੇਡਣ ਆਏ ਮੇਰੇ ਗੱਭਰੂ ਸ਼ੇਰ ਜਵਾਨ ਭੋਲੇ ਭਾਲੇ ਮੁੱਖ ਇਹਨਾਂ ਦੇ ਜੁੱਸੇ ਵਾਂਗ ਚਟਾਨ ਹਸ਼ਰ ਤੀਕਰ ਜੀਵਨ ਬਿਲਿਆ ਮੇਰੀ ਧਰਤੀ ਦੇ ਸੁਲਤਾਨ ਨਨਕਾਣਾ ਸਾਹਿਬ ਕਬੱਡੀ ਕਲੱਬ ਦੇ ਕੋਚ ਲਾਲਾ ਤਨਵੀਰ ਕੰਬੋ ਲਾਲਾ ਬੈਦੁੱਲਾ ਕੰਬੋ ਤੇ ਸਾਡਾ ਸ਼ਾਨੇ ਲੋਕੂਕੀ ਦਾ ਕੋਚ ਸਾਹਿਬ ਕੰਬੋ ਪੂਰਾ ਸਵਾਦ ਲੈਂਦੇ ਹੋਏ ਲਾਲਾ ਸਗੀਰ ਕਬੱਡੀ ਕਲੱਬ ਤੇ ਜੰਮਲ ਬਾਜਵਾ ਕਬੱਡੀ ਕਲੱਬ ਵੱਲੋਂ ਅਲੀ ਜੱਟ ਜੀ ਮੂਰੇ ਕਾਸ਼ੀ ਵੱਟੂ ਦੇ ਅਲੀ ਜੱਟ ਕਾਸ਼ੀ ਵੱਟੂ ਅਲੀ ਜੱਟ ਜੀ ਆ ਜੱਟਾ ਛੰਬੂ ਭਰੋਲੀ ਡਾਕਟਰ ਮੁਬੱਸ਼ਰ ਸੁਬਹਾਨੀ ਗੁੱਜਾ ਚੌਰੀ ਮਦਰ ਸੁਬਹਾਨੀ ਗੁੱਜਾ ਨਨਕਾਣਾ ਸਾਹਿਬ ਵਾਲੇ ਲਾਲੇ ਤਨਵੀਰ ਦੇ ਨਾਲ ਪੂਰੀਆਂ ਮੁਹੱਬਤਾਂ ਪਿਆਰ ਪ੍ਰੀਤਾਂ 2,00,000 ਰੁਪਈਆ ਮੀਆਂ ਚੰਨੂ ਵਾਲੇ ਕੱਪ ਦੇ ਲਾਲੇ ਤਨਵੀਰ ਵਾਸਤੇ ਆ ਗਿਆ ਮੁੰਡਾ ਰਾਣਾ ਹੈਦਰ ਚੱਲ ਰਾਣਾ ਹੈਦਰ
ਕਹਿੰਦੇ ਕਰ ਸ਼ੇਰ ਦੀ ਹੀ ਸਕਦੀ ਸ਼ੇਰ ਪੈਦਾ, ਜਿਹਦੀ ਗਿੱਦੜੀ ਹੈ ਜਨਮ ਗਿੱਦੜਾਂ ਨੂੰ, ਕਰ ਸ਼ੇਰ ਦੀ ਹੀ ਸਕਦੀ ਸ਼ੇਰ ਪੈਦਾ। ਫਰਮਾਨ ਸਾਹਿਬ ਕਹਿੰਦੇ ਜੇਕਰ ਜ਼ਮੀਨ ਦੇ ਵਿੱਚ ਗਿੱਲ ਹੋਵੇ ਫਸਲ ਹੁੰਦੀ ਜ਼ਮੀਨ ਚੋਂ, ਫੇਰ ਪੈਦਾ ਕੀਤੀਆਂ ਮਿਹਨਤਾਂ ਹੋਣ ਜਿਹਨਾਂ ਮਾਪਿਆਂ ਨੇ ਹੁੰਦੇ ਉਹਨਾਂ ਦੇ ਘਰ, ਕੌਡੀ ਦੇ ਪਲੇਅਰ ਪੈਦਾ ਲੱਕ ਫੜਿਆ ਆਏ ਹਾਏ ਆਈ ਚੱਟ ਵੇਰਿਆ, ਆ ਚੱਟ ਦੀ ਗਰਾਰੀ ਅੜ ਗਈ, ਆ ਵੜੈਚ ਦੀ ਗਰਾਰੀ ਅੜ ਗਈ, ਆ ਚੱਟ ਦੀ ਗਰਾਰੀ ਅੜ ਗਈ। ਭਾਈ ਤੁਹਾਡੀ ਵੀ ਗੋਲੀ ਅੜਕਣ ਚਾਹੀਦੀ ਸੀ। ਸਮਾਂ ਵੀ ਟਕ ਟਕ ਤੋੜਾ ਪੂਰੇ ਟੂਰਨਾਮੈਂਟ ਦਾ ਸਰਦਾਰ ਜੱਫਾ ਮਾਰਿਆ। ਆ ਜਾ ਵੀ ਆ ਜਾ ਇੱਧਰ ਰਾਣਾ ਬੂਟਾ ਕਾਦਰੀ, ਆ ਜਾ ਵੀ ਆ ਜਾ। ਰਾਣਾ ਸਾਹਿਬ ਕੱਲ ਦੇ ਪੁੱਤ ਇੱਥੇ ਹੀ ਬੈਠੇ ਆ, ਹਰ ਖਿਡਾਰੀ ਨੂੰ ਸਤਿਕਾਰ ਦੇਣ ਡੇ, ਹਰ ਖਿਡਾਰੀ ਨੂੰ ਮਾਣ ਦੇਣ ਡੇ, ਹਰ ਖਿਡਾਰੀ ਦੀ ਹੌਸਲਾ ਅਫਜ਼ਾਈ ਕਰਨ ਡੇ ਆ। ਆਹ ਦੇਖ ਜਰਾ ਸਹੀ ਸਾਬਲ ਅਲੀ ਜੱਟ, ਜੱਟ ਜੱਟ ਬੇਰ ਗਿਆ, ਜੱਟ ਨੇ ਸ਼ਪੀਰੀਅਰ ਕੀ ਮਾਰ ਰੱਖੀ ਹੋਈ ਹੈ, ਦੇਖ ਜਰਾ ਕੱਟ ਮਾਰਨੇ ਦੀ ਕੋਸ਼ਿਸ਼ ਕੀਤੀ ਆ ਪਰ ਸਹੀ ਸਾਬਲ ਚੱਲ ਜਿਵੇਂ ਵੀ ਪੁਆਇੰਟ ਲੈ ਗਿਆ ਭਾਈ, ਉਹ ਲੈ ਗਿਆ ਪੁਆਇੰਟ ਸਹੀ ਸਾਬਲ। ਅਗਲੀ ਕਬੱਡੀ ਪਾਉਣ ਵਾਸਤੇ ਆ ਗਿਆ ਗੜੇ ਮੋੜ ਵਾਲਾ ਜੱਟ, ਫੇਰ ਹਿੱਕ ਪਾਣ ਕੇ ਤੇ ਪਾਉਂਦੇ ਜਿਹੜੇ ਧੂੜੀਆਂ ਕਬੱਡੀ ਦੇ ਖਿਲਾੜੀ ਬਣਦੇ, ਜਿੰਨਾ ਖਾਧੀਆਂ ਮਾਵਾਂ ਦੇ ਕੋਲੋਂ ਚੂੜੀਆਂ ਕਬੱਡੀ ਦੇ ਖਿਲਾੜੀ ਬਣਦੇ। ਸਜਾਦ ਗੁੱਜਰ ਜੀ ਸ਼ਿਕਰ ਦੇ ਇੱਧਰ ਵੇਖੋ ਲੱਗਾ ਹੋਇਆ ਜਾ ਗੜੇ ਮੋੜ ਵਾਲੇ ਜੱਟ ਨੂੰ, ਵੀ ਲਾਡੋਗਰ ਵੀ ਲਾਡੋਗਰ ਲੇਕਿਨ ਨੰਬਰ ਜੱਟ ਕਹਿੰਦਾ ਬਾਕਸਿੰਗ ਦੇ ਵਿੱਚ ਪਾਕਿਸਤਾਨ ਦੇ ਝੰਡੇ ਨੂੰ ਸਲਾਮਾਂ ਕਰਾਈਆਂ, ਅੱਜ ਲਾਲੇ ਅਬੈਦੁੱਲਾ ਕੰਬੋ ਦੀ ਪੱਗ ਉੱਚੀ ਕਰਨੀ ਆ। ਇਹ ਆ ਮੁੰਡਾ ਗੜੇ ਮੋੜ ਵਾਲਾ ਜ਼ਿਲ੍ਹੇ ਬਿਹਾਰੀ ਵਾਲਾ ਰਾਸ਼ਦ ਜੱਟ। ਕੀ ਹੋ ਗਿਆ ਖਾਲਾ ਬੱਦਲ ਜੀ, ਬੱਦਲ ਬੱਦਲ ਕਰਦੀ ਨੀ ਮੈਂ ਆਪੇ ਹੀ ਬੱਦਲ ਹੋਈ, ਖਾਲਾ ਬੱਦਲ ਜੀ ਕੀ ਹੋ ਗਿਆ? ਟਾਈਮ ਆਉਟ ਲਿਆ ਜੀ, ਖਾਲੇ ਬੱਦਲ ਨੇ ਟਾਈਮ ਆਉਟ ਲਿਆ। ਸਾਡੇ ਸਰਫਰਾਜ਼ ਬਲ ਜੀ ਬਹੁਤ ਜ਼ਿਆਦਾ ਸ਼ੁਕਰੀਆ, ਹੈਪੀ ਜੱਟ ਦਾ ਬਹੁਤ ਜ਼ਿਆਦਾ ਸ਼ੁਕਰੀਆ, ਜੰਬੋ ਜੱਟ ਦਾ ਬਹੁਤ ਜ਼ਿਆਦਾ ਸ਼ੁਕਰੀਆ, ਮੁਦੱਸਰ ਇਸ਼ਫਾਕ ਪੁੱਟਰ, ਮੀਆਂ ਬਾਬਰ ਸਲੀਮ, ਸਾਰਿਆਂ ਦਾ ਵੀਰੇ ਬਹੁਤ ਬਹੁਤ ਜ਼ਿਆਦਾ ਸ਼ੁਕਰੀਆ। 19 ਪੁਆਇੰਟ ਹੈਗੇ ਜੀ ਦਾਦਾ ਸਗੀਰ ਜੰਬਲ ਬਾਜਵਾ ਮੈਮੋਰੀਅਲ ਕਬੱਡੀ ਕਲੱਬ ਦੇ 19, ਔਰ ਸਦਰ ਵਾਲੇ ਦੇ ਹੈਗੇ ਆ ਪੁਆਇੰਟ 17, ਸੋ 2 ਪੁਆਇੰਟਾਂ ਦੇ ਫਰਕ ਨਾਲ ਬਾਈ ਜੰਗ ਜਾਰੀ ਹੈ। ਆ ਗਿਆ ਕੈਸਰ ਮੁਗਲ ਈਗਲ ਆਫ ਕਬੱਡੀ ਮੈਰੀ ਪੁਰਜੀ ਵਾਲਾ ਮੁੰਡਾ, ਬਾਈ ਬਹੁਤ ਸੋਹਣੇ ਸਟਾਈਲ ਮੁੰਡੇ ਦੇ, ਬਹੁਤ ਵਧੀਆ ਟੱਚ ਹੁੰਦੀ ਹੈ, ਦੇਖ 11 ਕੇਵੀ ਦਾ ਕਰੰਟ ਭਰਿਆ ਚੁੱਸੇ ਵਿੱਚ, ਔਰ ਮੁੰਡਾ ਪਿੰਡੇ ਦੇ ਮੱਖੀ ਵੀ ਨਹੀਂ ਬੈਠ ਦਿੰਦਾ। ਹਾਂ ਯਾ ਸਰ ਐਡਾ ਸੌਖਾ ਨਹੀਂ ਹੁੰਦਾ ਬਾਈ, ਕਹਿੰਦਾ ਔਖੇ ਹੁੰਦੇ ਫੜਨੇ, ਉੱਡਣੇ ਸੱਪ ਸਹੇ ਦਾ ਲੱਕ, ਸ਼ੇਰ ਦਾ ਨੱਕ ਕਬੂਤਰ ਚੀਨੇ, ਔਖੇ ਹੁੰਦੇ ਫੜਨੇ। ਪੁਆਇੰਟ ਕੈਸਰ ਮੁਗਲ ਨੇ ਜੋੜ ਲਿਆ। ਅਗਲੀ ਕਬੱਡੀ ਪਾਉਣ ਵਾਸਤੇ ਆ ਗਿਆ ਰਾਣਾ ਹੈਦਰ, ਫਾਈਨਲ ਦੀ ਟੀਮ ਆ ਜਾਓ ਗਰਾਊਂਡ ਚ, ਸ਼ਾਹੀਨ ਕਬੱਡੀ ਕਲੱਬ ਹੱਤਰੇ ਬਾਮਣੀਆਂ ਬਾਮਣੀ ਵਾਲਾ, ਚੱਲ ਵੀ ਰਾਣਾ ਹੈਦਰ, ਕੌਡੀ ਕੌਡੀ ਪਕਾਰਦੇ ਪਏ ਗੱਭਰੂ, ਸੋਹਣੇ ਬਾਂਕੜੇ ਬਾਲ ਪੰਜਾਬੀਆਂ ਦੇ ਸੱਜ ਕੇ ਮੈਦਾਨ ਦੇ ਵਿੱਚ ਆ ਕੇ
ਸ਼ੇਰ ਸੁੱਚੜੇ ਬਾਲ ਪੰਜਾਬੀਆਂ ਦੇ, ਇਹ ਪੰਜਾਬੀਆਂ ਦੇ ਸ਼ੇਰ ਪੋਤਾ ਸੁੱਚੇ ਨਗੀਨੇ ਆ ਪੰਜਾਬੀਆਂ ਦੇ। ਰਾਣਾ ਹੈਦਰ, ਰਾਣਾ ਹੈਦਰ ਚਾਂਦ ਵੜੈਚ ਹਾਸ਼ਮ ਦੀ ਵਿਸਲ ਦੱਸੂਗੀ। ਹਾਸ਼ਮ ਦੀ ਵਿਸਲ ਕੇ ਨੰਬਰ ਜਾਫੀ ਦਾ, ਨੰਬਰ ਜਾਫੀ ਦਾ ਡਬਲ ਟੱਚ, ਨੰਬਰ ਜਾਫੀ ਦਾ ਚਾਂਦ ਵੜੈਚ ਕੇ ਨੰਬਰ ਹੋ ਗਿਆ ਜੀ ਭਾਈ 19 ਬਰਾਬਰ ਹੋ ਗਿਆ। ਉਹ ਤਾੜੀ ਆਉਣ ਦੇ ਵੀਰੋ ਤਗੜਾ ਮੈਚ ਬਾਈ, ਇਹਨਾਂ ਜਿੰਨੇ ਤਰਲੇ ਕਰਾਏ ਆ ਨਾ ਦਿਖਾਉਣੇ ਨੂੰ ਮੈਚ, ਉਹਨਾਂ ਤਗੜਾ ਮੈਚ ਵੀ ਦਿਖਾਉਣ ਡਏ ਆ। ਚੱਲ ਵੀ ਸਹੀ ਸਾਂਭਲ ਹੈ, ਕਹਿੰਦਾ ਸੱਜਦੀ ਹੈ ਪਿੰਡ ਵਿਚਕਾਰ ਕਬੱਡੀ, ਤੋਲਦੀ ਜਵਾਨਾਂ ਦੇ ਹੈ ਭਾਰ ਕਬੱਡੀ, ਦਿਲਾਂ ਚ ਵਧਾਉਂਦੀ ਹੈ ਪਿਆਰ ਕਬੱਡੀ, ਸਾਰੇ ਸਾਡੇ ਖੇਡਦੇ ਨੇ ਖਾਲਾ ਬੱਦਲ, ਖਾਲਾ ਬੱਦਲ ਦੇ ਸੈੱਲ ਬਦਲਦੇ ਸਰਫਰਾਜ ਬਾਲ ਨੇ। ਖਾਲਾ ਬੱਦਲ ਜੀ ਏਦਾਂ ਹਿੱਲ ਕੇ ਰਹੋ ਜਰਾ, ਏਡੀ ਤੂੰ ਨਰਗਸ ਹੈ, ਹਿੱਲ ਕੇ ਰਹਿ ਜਰਾ। ਲਓ ਜੀ ਚਸ ਆ ਗਈ ਕਬੱਡੀ ਦੀ, ਕਹਿੰਦੇ ਮੈਚ ਕਬੱਡੀ ਦਾ ਅੱਜ ਹੋਣਾ, ਡੋਲੇ ਫੜਕਣ ਮੁੰਡਿਆਂ ਦੇ, ਸਭ ਨੇ ਹਿੱਕ ਦਾ ਜ਼ੋਰ ਇੱਥੇ ਲੈਣਾ, ਭੇਡ ਚੱਲ ਹੋਣੇ ਸਾਨਾਂ ਦੇ, ਖੜ ਕੇ ਵੇਖੂ ਕੁੱਲ ਜਵਾਨਾਂ, ਬਾਮਣੀ ਵਾਲੇ ਵਾਲਾ ਕੱਪ ਉਹੀਓ ਚੁੱਕਣਗੇ। ਪੀਲਾ ਡੋਗਾ, ਪੀਲਾ ਡੋਗਾ, ਸਜਾਦ ਗੁੱਜਰ ਦਾ ਡੋਗਾ, ਰਾਸ਼ੇ ਜੱਟ ਲਾਲੇ ਅਬੈਦੁੱਲਾ ਦਾ, ਤੇ ਨੰਬਰ ਵੀ ਲਾਲੇ ਅਬੈਦੁੱਲਾ ਦਾ, ਵਿੱਚ ਮੈਦਾਨ ਤੇ ਆ ਕੇ ਜਦੋਂ ਗੱਜਦੇ ਬਾਲੇ ਮਾਵਾਂ ਦੇ, ਵਾਰਿਸ ਸ਼ਾਹ ਦੇ ਇਸ ਪੰਜਾਬ ਦੀ ਸਾਹ, ਬੜੇ ਸੱਜਦੇ ਬਾਲ ਨੇ ਮਾਵਾਂ ਦੇ, ਵਾਰਿਸ ਸ਼ਾਹ ਦੇ ਇਸ ਪੰਜਾਬ ਦੀ ਸੌ, ਬੜੇ ਸੱਜਦੇ ਬਾਲ ਨੇ ਮਾਵਾਂ ਦੇ। ਅਲੀ ਜੱਟ ਤੇ ਕੈਸਰ ਮਗਰ ਆ ਮੈਲੀ ਬੁਰਜੀ, ਮੈਲੀ ਬੁਰਜੀ, ਹਾਏ ਹਾਏ ਫੈਸਲ ਲਾਡੇ ਦਾ ਵੀਰ ਐਵੇਂ ਨੀ ਈਗਲ ਕਹਿੰਦਾ, ਪ੍ਰਿੰਸ ਆਫ ਪਾਕਿਸਤਾਨ ਬਾਬਰ ਵਸੀਮ ਗੁੱਜਰ ਦਾ ਮੁੰਡਾ ਸ਼ਿਕਰਦਾ, ਈਗਲ ਆਫ ਕਬੱਡੀ, ਈਗਲ ਆਫ ਕਬੱਡੀ ਕੈਸਰ ਮੁਗਲ, ਆ ਮੁਗਲਾਂ ਦਾ ਸ਼ੇਰ ਪੁੱਤ ਮੇਰਾ ਨਿੱਕਾ ਵੀਰ ਫੈਸਲ ਲਾਡਾ, ਪਾਕਿਸਤਾਨ ਆਰਮੀ ਵਾਲੇ ਦਾ ਸ਼ਹਿਜ਼ਾਦਾ, ਆ ਗਿਆ ਰਾਣਾ ਹੈਦਰ ਇੱਕ ਵਾਰੀ ਫੇਰ, ਆ ਚਾਂਦ ਵੜੈਚ ਦੇਖ ਯਾਰਾ, ਆ ਤਲਹਾ ਵੱਟੂ ਵੇਖ ਯਾਰਾ, ਆਜੇ ਵੀ ਵੱਟੂ ਵੇਖ ਯਾਰਾ। ਛੱਡੋ ਜੀ, ਛੱਡੋ 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 ਛੱਡੋ, ਰਾਣੇ ਹੈਦਰ ਦਾ ਹੋ ਗਿਆ। ਚੱਲ ਵੀ ਅਗਲੀ ਰੇਡ ਤੇ ਆ ਗਿਆ ਜ਼ਹੀਰ ਸਾਬਲ, ਜ਼ਹੀਰ ਸਾਬਲ ਇਸ ਵੇਲੇ ਮੈਦਾਨ ਦੇ ਵਿੱਚ, ਕਹਿੰਦਾ ਚੁੱਸਿਆਂ ਨੂੰ ਘੜਨਾ ਸਿਖਾਉਂਦੀ ਹੈ ਕਬੱਡੀ, ਪਿੰਡ ਵਿੱਚ ਖੜਨਾ ਸਿਖਾਉਂਦੀ ਹੈ ਕਬੱਡੀ, ਭਾਰਤ ਦੇ ਅਣਖਾਂ ਦੀ ਸਿੱਖਿਆ ਮਿਲਦੀ, ਗੱਲ ਉੱਤੇ ਅੰਡਾ ਸਿਖਾਉਂਦੀ ਹੈ ਕਬੱਡੀ। ਆਸਮ ਰਾਜਾ ਅੜ ਗਿਆ ਗੱਲ ਉੱਤੇ, ਅੜ ਗਿਆ ਗੱਲ ਉੱਤੇ ਆਸਮ ਰਾਜਾ, ਆਸਮ ਰਾਜਾ ਤੇ ਜ਼ਹੀਰ ਸਾਬਲ। ਚੱਲ ਵੀ ਚੱਲ ਸੱਚੀ ਕਹਿੰਦੀ ਹੋਇਆ, ਧੱਕਾ ਦੇਣ ਦੀ ਕੋਸ਼ਿਸ਼, ਪੁਆਇੰਟ ਹੋ ਗਿਆ ਜ਼ਹੀਰ ਸਾਬਲ ਦਾ, ਪੁਆਇੰਟ ਹੋ ਗਿਆ ਸਦਰ ਵਾਲੇ ਦਾ। ਲਓ ਜੀ ਸ਼ਹੀਨ ਕਬੱਡੀ ਕਲੱਬ 72 ਰੇਬੇ ਪਾਉਣੀ ਵਾਲਾ ਗਰਾਊਂਡ ਦੇ ਵਿੱਚ ਆ ਜਾਵੇ ਸ਼ਹੀਨ ਟਾਈਮ ਆਊਟ, 72 ਰੇਬੇ ਪਾਉਣੀ ਵਾਲਾ ਗਰਾਊਂਡ ਚ ਆ ਜਾਵੇ, ਵਾਟਰ ਬ੍ਰੇਕ ਇੱਕੀ ਕਿਹਦੇ ਆ, ਲਾਲਿਆਂ ਦੇ 21 ਤੇ 22 ਸਦਰ ਵਾਲੇ ਦੇ, 22 21 22 21 22 ਟਾਈਮ ਆਊਟ, ਵਾਟਰ ਬ੍ਰੇਕ, ਵਾਟਰ ਬ੍ਰੇਕ 21 22 ਵਾਟਰ ਬ੍ਰੇਕ ਹੋਈ ਜੀ, ਵਾਟਰ ਬ੍ਰੇਕ ਬਹੁਤ ਹੀ ਜ਼ਬਰਦਸਤ, ਬੱਲੇ ਬੱਲੇ ਹੋ ਗਈ ਆ ਕਬੱਡੀ ਵਾਲੀ ਉਸਤਾਦ ਜੀ, ਬੱਲੇ ਬੱਲੇ ਬਿਲਕੁਲ ਜੀ, ਬੱਲੇ ਬੱਲੇ ਹੋ ਗਈ ਆ, ਬਹੁਤ ਹੀ ਤਕੜਾ ਮੈਚ ਹੋ ਗਿਆ। ਕਹਿੰਦੇ ਹਾਂ ਅਗਲੀ ਟੀਮ ਆ ਜਾਵੇ, ਸ਼ਹੀਨ ਕਬੱਡੀ ਕਲੱਬ 72 ਰੇਬੇ ਬਾਮਣੀ ਵਾਲਾ ਗਰਾਊਂਡ ਦੇ ਵਿੱਚ ਅੱਜ ਫਾਈਨਲ ਮੈਚ ਖੇਡਣ ਵਾਸਤੇ, ਇਹਨਾਂ ਚੋਂ ਜਿੱਤਣ ਵਾਲੀ ਟੀਮ ਗਰਾਊਂਡ 'ਚ ਹੀ ਰਹੇਗੀ। ਆ ਜਿਹੜੇ ਚਿੱਟ ਕੱਪੜੀਏ ਬੰਦੇ ਆ ਇਹ ਸਾਰੇ ਗਰਾਊਂਡੋਂ ਬਾਹਰ ਆ ਜਾਓ ਜੀ, ਫਾਈਨਲ ਮੈਚ ਵਾਸਤੇ ਸ਼ਹੀਨ ਕਬੱਡੀ ਕਲੱਬ 72 ਬਾਮਣੀ ਵਾਲਾ ਗਰਾਊਂਡ 'ਚ ਆਵੇ ਜੀ। ਵੈਲਡਨ ਜੀ, ਵੈਲਡਨ
ਯਾਰ ਤਮਾਸ਼ਾ ਹੀ ਇਸ ਰਾਤ ਜੇ ਇੱਕ ਵਾਰੀ ਕਬੱਡੀ ਦਾ ਨਜ਼ਾਰਾ ਆ ਰਿਹਾ ਤੇ ਤਾੜੀ ਮਾਰ ਕੇ ਦੱਸੋ ਯਾਰ ਸਟੇਜ ਦੇ ਸਾਹਮਣੇ ਬਹਿ ਜਾਓ ਵੀਰੇ ਜਾਂ ਕਿਸੇ ਸਾਈਡ ਤੇ ਹੋ ਜਾਓ ਸ਼ਹਿਜ਼ਾਦੇ ਵੀਰੇ ਮੀਆਂ ਨਦੀਮ ਸਾਹਿਬ ਨਦੀਮ ਆਟੋਸ ਨਦੀਮ ਆਟੋਸ ਮੀਆਂ ਸਾਹਿਬ ਲਵ ਯੂ ਮੀਆਂ ਜੀ ਅਰਸਲਾਨ ਬਲ 75 ਲੋਕਿਆਂ ਵਾਲਾ ਸਾਰੇ 75 ਲੋਕਿਆਂ ਵਾਲੇ ਵੀਰ ਆਏ ਆ 21 ਔਰ 22 ਦਾ ਚੱਲਦਾ ਹੋਇਆ ਮੁਕਾਬਲਾ ਬਹੁਤ ਹੀ ਤਕੜਾ ਮੈਚ ਕੱਲ ਇਸੇ ਤਰ੍ਹਾਂ ਜੱਟ ਕਬੱਡੀ ਕਲੱਬ ਦਾ ਤੇ ਕਾਦਰਾਬਾਦ ਦਾ ਮੁਕਾਬਲਾ ਹੋਇਆ ਸੀ ਉਹਨਾਂ ਦਾ ਵੀ ਪੁਆਇੰਟ ਹਾਫ ਟਾਈਮ ਚ 18-18 ਬਰਾਬਰ ਸੀ ਚੱਲ ਵੀ ਰਾਸ਼ਦ ਜੱਟ ਅਥਰੇ ਘੋੜੇ ਵਾਂਗੂ ਤੂੰ ਕਦਮ ਰੱਖੇ ਜਾਫੀ ਵੇਖ ਕੇ ਤੈਨੂੰ ਘਬਰਾ ਜਾਂਦਾ ਮਾਂ ਨੇ ਸਾਂਭਿਆ ਪਾਲਿਆ ਮੱਖਣਾ ਦੇ ਨਾਲ ਹਰ ਨੰਬਰ ਲੈ ਕੇ ਤੂੰ ਆ ਜਾਂਦਾ ਲਾਲਾ ਬੈਦੁੱਲਾ ਕਹਿੰਦਾ ਹਰ ਨੰਬਰ ਲੈ ਕੇ ਤੂੰ ਆ ਜਾਂਦਾ ਚਾਂਦ ਬੜਾ ਚ ਆ ਗਲਤ ਬਸ ਨੂੰ ਹੱਥ ਦੇ ਬੈਠਾ ਲੇਕਿਨ ਉਹ ਜਾਂਦਾ ਹੀ ਮੁੰਡਾ ਜੱਟਾਂ ਦਾ ਰਾਸ਼ਦ ਜੱਟ ਜੀ ਉਹ ਜੱਟਾ ਇੱਧਰ ਨੂੰ ਆ ਜਰਾ ਜੱਟਾ ਇੱਧਰ ਆ ਇੱਧਰ ਆ ਇੱਧਰ ਆ ਗੜੇ ਮੋੜਵਾ ਕਰਾਇਆ ਬਹੁਤ ਜ਼ਿਆਦਾ ਕਰਾਇਆ ਬਿਹਾੜੀ ਦਾ ਕਬੱਡੀ ਪਾਉਣ ਵਾਸਤੇ ਈਗਲ ਆਫ ਕਬੱਡੀ ਕੈਸਰ ਮੁਗਲ ਕੈਸਰ ਮੁਗਲ ਭਾਵੇਂ ਰੇਡ ਤੇ ਜਾਫੀ ਨੂੰ ਸਾਹ ਚੜ ਜਾਏ ਹੱਥ ਲਾ ਕੇ ਪਿਛਾ ਨੂੰ ਨੱਠ ਆਉਂਦਾ ਸ਼ੇਰ ਵਾਂਗੂ ਤੂੰ ਧਰਤੀ ਦੇ ਪੈਰ ਰੱਖਦਾ ਪਾਰੇ ਵਾਂਗ ਨਹੀਂ ਕਿਸੇ ਦੇ ਹੱਥ ਆਉਂਦਾ ਈਗਲ ਇੱਧਰ ਆ ਮੇਰੇ ਵੱਲ ਪਾਰੇ ਵਾਂਗ ਨਹੀਂ ਕਿਸੇ ਦੇ ਹੱਥ ਆਉਂਦਾ ਮੀਆਂ ਫਰੂਕ ਸਾਹਿਬ ਆਈ ਲਵ ਯੂ ਫੇਰ ਇੱਕ ਵਾਰੀ ਕੈਸਰ ਮੁਗਲ ਆ ਜਾ ਅਗਲੀ ਰੇਡ ਤੇ ਆ ਗਿਆ ਰਾਣਾ ਹੈਦਰ ਕਹਿੰਦਾ ਆਈ ਜਵਾਨਾਂ ਤੇ ਹੱਸ ਕੇ ਜਵਾਨੀ ਗੁਜ਼ਾਰੀ ਹਜੋ ਭੱਜ ਨੱਸ ਕੇ ਜਵਾਨੀ ਜਵਾਨੀ ਦਾ ਤੂੰ ਵੀ ਤਾਂ ਚਸ ਲੈ ਲੈ ਮਿੱਤਰਾ ਜਾਂਦੀ ਵਾਰੀ ਜਾਂਦੀ ਨੀ ਦੱਸ ਕੇ ਜਵਾਨੀ ਜਾਂਦੀ ਵਾਰੀ ਜਾਂਦੀ ਨੀ ਦੱਸ ਕੇ ਜਵਾਨੀ ਦੇਖ ਜਵਾਨੀ ਦੇ ਰੰਗ ਜਰਾ ਇਸ ਵੇਲੇ ਮਹਿਕੀਆਂ ਹੋਈਆਂ ਜਵਾਨੀ ਦੀਆਂ ਰੁੱਤਾਂ ਦੇਖ ਜਰਾ ਮਾਰਿਆ ਟੱਚ ਹਾਸ਼ਮ ਦਾ ਫੈਸਲਾ ਕੀ ਹੁੰਦਾ ਪੁਆਇੰਟ ਜਾਫਲੈਨ ਦਾ ਹੋ ਗਿਆ ਪੁਆਇੰਟ ਹੋ ਗਿਆ ਜੀ ਜਾਫਲੈਨ ਦਾ ਪੁਆਇੰਟ ਹੋ ਗਿਆ ਚਾਂਦ ਬੜਿਆਚ ਦਾ ਨੰਬਰ ਹੋ ਗਿਆ ਇਸ ਜਾਫੀ ਦੀ ਕੀ ਤਾਰੀਫ ਕਰਾਂ ਉਹ ਬੱਚਾ ਬੱਚਾ ਜ਼ਮਾਨੇ ਦਾ ਜਾਣਦਾ ਏ ਸਾਈ ਪੈਰਾਂ ਦੀ ਮਿੱਟੀ ਵੀ ਛੱਡ ਦਿੰਦਾ ਛਾਤੀ ਫਾਟਕ ਦੇ ਵਾਂਗ ਜਦੋਂ ਤਾਣਦਾ ਏ ਛਾਤੀ ਫਾਟਕ ਦੇ ਵਾਂਗ ਜਦੋਂ ਤਾਣਦਾ ਇਹਨੂੰ ਕਹਿੰਦੇ ਆ ਲੋਕ ਬੜੈਚਾਂ ਦਾ ਮੁੰਡਾ ਚੰਦੂ 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 ਬੜੈਚ ਅਗਲੀ ਕਬੱਡੀ ਪਾਉਣ ਵਾਸਤੇ ਆ ਗਿਆ ਜ਼ਹੀਰ ਸਾਬਾ ਚੱਲ ਵੀ ਜ਼ਹੀਰ ਸਾਬਲ ਪੁੱਤਰਾ ਅੱਗੇ ਚਾਰਾ ਜਾਫੀਆਂ ਚੋਂ ਅਲੀ ਜੱਟ ਅਲੀ ਜੱਟ ਅਲੀ ਜੱਟ ਅਲੀ ਜੱਟ ਨੰਬਰ ਜ਼ਹੀਰ ਸਾਬਲ ਦਾ ਨੰਬਰ ਹੋ ਗਿਆ ਜ਼ਹੀਰ ਸਾਬਲ ਦਾ ਕਬੱਡੀ ਪਾਊਗਾ ਰਸ਼ ਜੱਟ ਬੱਤੀ ਵਾਲਾ ਚੱਲੋ ਬੱਤੀ ਵਾਲੇ ਆ ਜੱਟਾ ਸਾਬਲ ਆ ਜਾ ਆ ਗਿਆ ਰਾਸ਼ਦ ਮੈਦਾਨ ਦੇ ਵਿੱਚ ਆ ਗਿਆ ਰਾਸ਼ਦ ਜੱਟ ਚਾਂਦ ਬੜਾ ਗੁੱਟ ਫੜਿਆ ਨਾਲ ਕੈਂਚੀ ਸਿੱਟੀ ਹੈ ਦੇਖ ਚੜਾਈ ਜੱਟ ਦੀ ਦੇਖ ਚੜਾਈ ਪਰ ਪੁਆਇੰਟ ਬਾਈ ਇਸ ਵੇਲੇ ਸ਼ੇਰੇ ਪੰਜਾਬ ਦਾ ਲਾ ਪਿਆ ਦੁੱਲਾ ਕੰਬੋ ਦਾ ਸ਼ਗਿਰਦ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਖਾਤੇ ਚੱਲ ਵੀ ਅਗਲੀ ਰੇਡ ਤੇ ਆ ਗਿਆ ਕੈਸਰ ਮੁਗਲ ਬੋਲਦਾ ਹੋਇਆ ਧਾਵਾ ਦੇਖਦੇ ਆ ਕਿਹੜਾ ਮੁਰੇ ਹੁੰਦਾ ਕਿਹੜਾ ਇਸ ਅੜੀਅਲ ਬੈਠ ਕੇ ਨੂੰ ਨੱਥ ਪਾਉਣੇ ਦੀ ਕੋਸ਼ਿਸ਼ ਕਰਦਾ ਖਿਲਾਰੀਆਂ ਹੋਈਆਂ ਬਾਹਾਂ ਔਰ ਚੁੱਕਿਆ ਹੋਇਆ ਆਸਮ ਰਾਜਾ ਗੁੱਟ ਫੜਿਆ ਇੱਕ ਵਾਰੀ ਪਿੱਛੇ ਹੋਇਆ ਨਾ ਵੀਰੇ ਹੁਣ ਤਾਂ ਡਾਕੂ ਨਹੀਂ ਡੱਕਦੇ ਹੁਣ ਤਾਂ ਪੁਆਇੰਟ ਕੈਸਰ ਮੁਗਲ ਦਾ ਈਗਲ ਆਫ ਕਬੱਡੀ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਖਾਤੇ ਚੱਲ ਵੀ ਰਾਣਾ ਹੈਦਰ ਜੀ ਰਾਣਾ ਹੈਦਰ ਪਾਕਿਸਤਾਨ ਆਰਮੀ ਨਾਲ ਤਲਕ ਇਸ ਵੇਲੇ ਲਾਲਾ ਸਖੀਰ ਕੰਬੋ ਕਬੱਡੀ ਕਲੱਬ ਦੀ ਕਰਦਾ ਨੁਮਾਇੰਦਗੀ ਅੱਗੇ ਚਾਰ ਜਾਫੀ ਚੀਨ ਦੀ ਕੰਧ ਬਣਾ ਕੇ ਖੜੇ ਆ ਚਾਂਦ ਬੜਾਇਆ ਚ ਅੱਜ ਦਾ ਬੈਸਟ ਜਾਫੀ ਹੋਇਆ ਬੜੇ ਤਕੜੇ ਮਾਰੇ ਹੋਏ ਜੱਫੇ ਫਿਰ ਦਰਮਿਆਨ ਚੋਂ ਟੱਚ ਕਰਨ ਦੀ ਕੋਸ਼ਿਸ਼ ਚਾਂਦ ਬੜਾਇਆ ਚ ਹੋ ਗਿਆ ਆਪਣੇ ਸਾਹਮਣੇ ਗੁੱਥਮ ਗੁੱਥਾ ਹੋ ਗਏ ਦੋਨੋਂ ਤੇ ਵੱਜ ਗਿਆ ਲਲਕਾਰਾ ਹੁਣ ਤੇ ਨੰਬਰ ਉਹਨੇ ਖੜਨਾ ਜਿਹੜਾ ਹਊ ਚੜਦੇ ਭਾਰਾ ਰਾਣਾ ਹੈਦਰ ਆ ਜਾ ਬਈ ਰਾਣਾ ਬੂਟਾ ਕਾਦਰੀ ਸਾਹਿਬ ਕੋ
ਤੇ ਰਾਣਾ ਹੈਦਰ ਤੇ ਰਾਣਾ ਬੂਟਾ ਕਾਦਰੀ। ਰਾਣਾ ਬੂਟਾ ਸਾਹਿਬ ਕਹਿੰਦੇ ਗੋਤ ਤੇ ਸੱਪਾਂ ਨੂੰ ਵੀ ਪਿਆਰੀ ਹੁੰਦੀ ਹੈ। ਚੱਲ ਵੀ ਸਹੀ ਸਾਹਿਬ, ਰਾਣਾ ਹੈਦਰ ਰਾਜਾ ਰਾਣਾ ਬੂਟਾ ਕਾਦਰੀ ਸਾਹਿਬ ਕੋਈ ਨਾਮ ਲੈ ਜਾ। ਆ ਦੇਖ ਜਰਾ, ਕਹਿੰਦਾ ਸ਼ਰੇਆਮ ਚੋਪਰਾ ਨੇ ਹਿੱਕ ਠੋਕ ਕੇ ਪੱਟ ਦਿੱਤਾ ਕੀਲਾ ਨੇਜੇ ਵਾਲੀ ਨੋਕ ਤੇ, ਧੰਨ ਧੰਨ ਹੋ ਗਈ ਆ ਕਬੱਡੀ ਵਾਲੇ ਰਾਜੇ ਖੇਲੇ ਮਿੱਤਰਾਂ ਨੇ ਦੁੱਖ ਤੋੜ ਤੇ। ਆ ਦੇਖ ਜਰਾ, ਹੋ ਗਿਆ ਟੱਚ ਤਲਹਾ ਤਲਹਾ ਮੂਰੇ ਹੋਇਆ ਔਰ ਜ਼ਹੀਰ ਸਾਬਲ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਖਾਤੇ ਔਰ ਪੁਆਇੰਟ ਵੱਧ ਗਿਆ ਜੀ ਸਦਰ ਵਾਲੇ ਟੀਮ ਦੇ ਖਾਤੇ, ਇੱਕ ਪੁਆਇੰਟ ਦਾ ਹੋਰ ਵਾਅਦਾ ਹੋਇਆ। ਜੱਟ ਆ ਗਿਆ ਮੈਦਾਨ ਦੇ ਵਿੱਚ ਗੜੇ ਮੋੜ ਵਾਲਾ ਸ਼ੇਰੇ ਪੰਜਾਬ ਦਾ ਸ਼ਾਗਿਰਦ ਰਾਸ਼ਦ ਜੱਟ। ਚੱਲ ਵੀ ਜੱਟਾ, ਦੇਖਦੇ ਕਿਹੜਾ ਅੱਗੇ ਹੁੰਦਾ, ਕਿਹੜਾ ਜੱਟ ਨਾਲ ਪੰਗਾ ਪਾਉਂਦਾ। ਚੱਲ ਵੀ ਚੱਲ, ਤਲਹਾ ਬੱਟੂ ਜ਼ੇਪੀ ਜ਼ੇਪੀ ਚਾਂਦ ਵੜਾ ਚ। ਆ ਦੇਖ ਜਰਾ, ਪੀਲਾ ਡੋਗਰ ਹੋਇਆ ਜੀ ਮੂਰੇ, ਪੀਲਾ ਡੋਗਰ ਔਰ ਰਾਸ਼ਦ ਜੱਟ ਗੜੇ ਮੋੜ ਵਾਲਾ, ਪੈਂਦੇ ਹੋਏ ਪਟਾਕੇ ਲੱਗਦੇ ਹੋਏ ਜ਼ੋਰ, ਪੁਆਇੰਟ ਰਾਸ਼ਦ ਜੱਟ ਦਾ। ਚੱਲ ਰਾਸ਼ਦ ਜੱਟ ਇੱਕ ਹੋਰ ਪੁਆਇੰਟ ਲੈਣ ਦੇ ਵਿੱਚ ਕਾਮਯਾਬ ਹੋ ਗਿਆ। ਚੱਲ ਜਵਾਨਾ ਅਧੀਨ ਆ ਗਿਆ ਮੁੰਡਾ ਕੈਸਰ ਮੁਗਲੀ ਗਲਸ ਕਬੱਡੀ ਗਲਸ ਕਬੱਡੀ ਗਲਸ ਕਬੱਡੀ ਮੈਲੀ ਬੁਰਜੀ ਵਾਲਾ। ਆ ਬੜੇ ਬੜੇ ਮੈਂ ਸੂਰਮੇ ਸਾਈ ਬੈਠੇ, ਤੇਰੇ ਵਰਗਾ ਮੁਗਲਾ ਹੋਰ ਕੋਈ ਨੀ, ਹੋਰ ਕੋਈ ਨੀ। ਆਓ ਈਗਲ ਅੜਾ ਪਈ, ਨੰਬਰ ਹੋ ਗਿਆ ਜੀ ਅਲੀ ਜੱਟ ਦਾ। ਕੋਈ ਗੱਲ ਨੀ, ਕੋਈ ਗੱਲ ਨੀ, ਕੋਈ ਗੱਲ ਨੀ, ਤਿਲਕਣ ਬਾਜੀ ਆ, ਤਿਲਕਣ ਬਾਜੀ ਆ, ਕੋਈ ਗੱਲ ਨੀ। ਕਿਹੜਾ ਸਾਈ ਜੱਗ ਤੇ ਜਿਹਨੂੰ ਜੱਫਾ ਲੱਗਾ ਨਹੀਂ, ਤੇ ਕਿਹੜਾ ਜਾਫੀ ਜੱਗ ਤੇ ਜਿਹ ਤੋਂ ਬੰਦਾ ਭੱਜਾ ਨਹੀਂ। ਰਾਣਾ ਹੈਦਰ ਰਾਜਪੂਤ ਆਇਆ ਕਬੱਡੀ ਤੇ, ਚੱਲ ਰਾਜਪੂਤਾ ਰਾਣਾ ਹੈਦਰ ਸੋਹਣੀ ਪੋਰੀ ਦਾ ਜਵਾਨ ਆ ਮੁੰਡਾ, ਅੱਲਾ ਪਾਕ ਇਸਦਾ ਜ਼ਿੰਦਗੀ ਤੰਦਰੁਸਤੀ ਦੇਵੇ। ਆ ਲੱਗਾ ਚਾਂਦ ਵੜਾਇ ਤੇ ਰਾਣਾ ਰਾਣਾ ਰਾਣੇ ਨੇ ਜੋ ਕਹਿਤਾ ਉਹ ਕਹਿਤਾ, ਪੰਮਾ ਬੋਲਦਾ ਵੀਰੇ ਆ ਜਾ ਰਾਣਾ ਇੱਧਰ ਰਾਣਾ ਰਾਣਾ ਹੈਦਰ ਰਾਜਾ ਬਈ ਸਤਾਈ ਸਤਾਈ ਪੁਆਇੰਟ ਬਰਾਬਰ, ਸਤਾਈ ਸਤਾਈ ਪੁਆਇੰਟ ਬਰਾਬਰ। ਕਬੱਡੀ ਪਾਉਣ ਵਾਸਤੇ ਆ ਗਿਆ 141 ਸਦਰ ਵਾਲਾ ਅਜ਼ੀਮ ਚੱਠੇ ਦਾ ਮੁੰਡਾ ਸ਼ਗਿਰਦ ਨਨਕਾਣਾ ਸਾਹਿਬ ਵਾਲੇ ਅਜ਼ੀਮ ਚੱਠੇ ਦਾ। ਆ ਡਾਕਟਰ ਮੁਬਸ਼ਰ ਜ਼ਬਾਨੀ ਗੁੱਜਰ, 24 ਨੰਬਰ ਜ਼ਬਾਨੀ ਗੁੱਜਰ ਦੇ ਹੇੜਾ ਲੱਗਾ ਹੋਇਆ ਯਾਸਰ ਕਮੋ ਯਾਸਰ ਕਮੋ ਯਾਸਰ ਕਮੋ, ਲਾਲਾ ਤਨਵੀਰ ਕਮੋ, ਆਲਾ ਸਾਹਿਬ ਕਮੋ, ਸ਼ਫੀ ਕਮੋ, ਯਾਸਰ ਕਮੋ, ਇਧਰ ਆ ਕਮੋ, ਆ ਇਧਰ ਆ, ਇਧਰ ਆ, ਇਧਰ ਆ, ਇਧਰ ਆ, ਇਧਰ ਆ, ਇਧਰ ਆ, ਆ ਜਾ ਆ ਜਾ ਯਾਸਰ ਕਮੋ ਆ ਜਾ। ਰਾਸ਼ਦ ਜੱਟ ਆ ਗਿਆ ਗੜੇ ਮੋੜਾ, ਕਹਿੰਦਾ ਸਾਫ ਸਾਫ ਜਾਨ ਹੈ ਫੜਾਈ ਜੱਟ ਨੇ, ਜਿੱਦ ਪੂਰੀ ਕਰਕੇ ਦਿਖਾਈ ਜੱਟ ਨੇ, ਬੜੇ ਬੜੇ ਚਾਪੀਆਂ ਦੇ ਦਿਲ ਡੋਲਦੇ ਆਏ। ਦੇਖ ਜਰਾ ਲੱਗ ਗਿਆ ਬਾਈ ਚਾਂਦ ਵੜਾ ਚ, ਉਹ ਬਾਈ ਤਾੜੀ ਆਉਣ ਤੋਂ ਟਕਾ ਕੇ ਨਾ ਬਾਈ ਹੁਣ ਨੀ ਜਾ ਹੋਣਾ, ਹੁਣ ਤੇ ਭਾਵੇਂ ਦਾਦਾ ਸਾਹਿਬ ਦੇਖ ਸੁੱਖ ਲਾ। ਆ ਜਾ ਚਾਂਦ ਇੱਧਰ ਆ, ਚਾਂਦ ਇੱਧਰ ਆ, ਇੱਧਰ ਆ ਜੀ, ਉਹ ਚਾਂਦ ਵੜਾ ਚ, ਚਾਂਦ ਵੜਾ ਚ ਆ ਜਾ 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 ਇੱਧਰ ਆ। ਰਾਣਾ ਬੂਟਾ ਕਾਦਰੀ ਸਾਹਿਬ ਉਹ ਚਾਂਦ ਆ ਜਾ ਉਰੇ, ਜਿੰਨੀ ਸਾਨੂੰ ਭੁੱਖ ਲੱਗੀ ਆ ਨਾ, ਇੱਧਰ ਆ ਜਾ ਆ ਜਾ ਆ ਜਾ ਪੁੱਤਰ ਆ ਜਾ, ਨਾਮ ਲੈ ਜਾ ਹਲਕੀ ਜੀ ਸੱਟ, ਹਜੇ ਨਹੀਂ ਪਤਾ ਕਿੰਨਾ ਕਿੰਨਾ 28 ਪੁਆਇੰਟ ਬਰਾਬਰ। ਆ ਚਾਂਦ ਬੜਾ ਚ ਇੱਧਰ ਆਪਣਾ ਨਾਮ ਲੈ ਲਾ, ਆ ਪੰਮੇ ਕੋਲ ਹੈ ਨਾ ਪਿੰਡ, ਪੰਮਾ ਬੋਲਦਾ ਵੀਰੇ। ਚੱਲ ਜੀ ਵੈਲ ਡੂ, ਮੀਆਂ ਸਨਾਉਲਾ ਮੀਆਂ ਵਹੀਰ ਦਾ ਵੀਰ ਹੈ, ਮੀਆਂ ਵਹੀਰ ਸਾਹਿਬ ਦਾ ਵੀਰ ਹੈ। ਚਾਂਦ ਬੜਾ ਚ
ਪੁੱਤ ਅੱਲਾ ਪਾਕ ਆਪਣੇ ਪਿਆਰੇ ਹਬੀਬ ਦੇ ਤਫੈਲ ਦੇ ਉੱਤੇ ਰਹਿਮਤ ਰੱਖੇ। ਨਬੀ ਆਖਰੂ ਜ਼ਮਾਨ ਹਜ਼ਰਤ ਮੁਹੰਮਦ ਮੁਸਤਫਾ ਦੇ ਤਫੈਲ। ਅੱਲਾ ਪਾਕ ਤੈਨੂੰ ਇੱਜ਼ਤ ਜ਼ਿੰਦਗੀ ਤੰਦਰੁਸਤੀ ਦੇਵੇ। ਰਾਣੇ ਬੂਟੇ ਕਾਦਰੀ ਦਾ ਫਿਰ ਦਿਲ ਕਰਿਆ ਆ, ਬਹੁਤ ਜ਼ੋਰ ਲੱਗਣ ਡਿਆ। ਬਹੁਤ ਸ਼ੁਕਰੀਆ ਜੀ ਭਾਈ ਜਾਨ, ਬੜਾ ਮਿਹਰਬਾਨੀ। ਇੱਕ ਅਰਜ਼ ਆ, ਆ ਜਿਹੜੇ ਫਾਇਰਿੰਗ ਕਰਦੇ ਹੋ ਨਾ ਵੀਰੇ, ਇਹ ਅੱਛੀ ਗੱਲ ਨਹੀਂ। ਇਹ ਫਾਇਰਿੰਗ ਜਿਹੜੇ ਕਰਦੇ ਹੋ ਨਾ, ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ, ਬਹੁਤ ਸ਼ੁਕਰੀਆ। ਫਾਇਰਿੰਗ ਨਾ ਕਰੋ ਵੀਰੇ, ਇਹ ਤੁਹਾਡੇ ਅੱਗੇ ਤਰਲਾ ਹੀ ਆ, ਬਾਕੀ ਅਸੀਂ ਰੋਕ ਨਹੀਂ ਸਕਦੇ ਵੀਰੇ। ਇਹ ਤੁਹਾਡੇ ਅੱਗੇ ਤਰਲਾ ਵਾ ਕੇ ਤੁਸੀਂ ਫਾਇਰਿੰਗ ਨਾ ਕਰੋ, ਅਸੀਂ ਰੋਕ ਨਹੀਂ ਸਕਦੇ, ਹੈ ਨਾ ਉਸਤਾਦ ਜੀ? ਨਹੀਂ ਰੋਕ ਸਕਦੇ, ਅੱਛੀ ਗੱਲ ਨਹੀਂ ਹੈਗੀ। ਤੁਹਾਡਾ ਆਪਣਾ ਪਿੰਡ ਆ, ਆਪਣਾ ਟੂਰਨਾਮੈਂਟ ਆ, ਔਰ ਆਪ ਤੁਸੀਂ ਇਹਦੇ ਇੰਤਜ਼ਾਮੀਆ ਹੋ, ਆਪ ਤੁਸੀਂ ਸਭ ਕੁਛ ਕਰਨ ਵਾਲੇ ਹੋ। ਇਹ ਫਾਇਰਿੰਗ ਨਾਲ ਵੱਧ ਇੰਤਜ਼ਾਮੀ ਹੁੰਦੀ ਆ। ਕੱਲ ਨੂੰ ਚਾਂਦ ਬੜਾ ਚ ਵਨ ਮੈਨ ਆਰਮੀ, ਚਾਂਦ ਬੜਾ ਚ ਵਨ ਮੈਨ ਆਰਮੀ ਖੜੇ ਹੋਏ ਆ ਸਾਡੇ ਨਾਲ ਜਨਾਬ ਰਾਣਾ ਬੂਟਾ ਕਾਦਰੀ, ਚੇਅਰਮੈਨ ਪਾਕਿਸਤਾਨ ਵਾਫਦਾ। ਸਾਡੇ ਪ੍ਰਾਹੁਣਿਆਂ ਨੂੰ ਵੀ ਅੱਲਾ